दोस्तों आज विशेष प्रोग्राम देख रही समुची साध संगत की खिदमत दे विच असीं एक विशेष प्रोग्राम लैके हाजिर होए हां। जिहड़ा साडा इह लगातार प्रोग्राम जिहड़ा है वह तकरीबन जिहड़ा इह दो प्रोग्रामां दे रूप दे विच 8 बजे तक चलेगा। साडे इस प्रोग्राम दा निरा पूरा आधार जिहड़ा वह साध संगत नूं प्रोग्राम की इनफॉर्मेशन देना नहीं, साडा इस दे पिछे एक बहुत वड्डा मकसद है कि जिहड़े साडी कौम दे संत ने, जिहड़े साडी कौम दे रहवर ने, चाहे वह आधुनिक समय दे विच होए जां पुरातन समय दे विच होए, वह जातां गोतां ते मज़हबां दे चक्कर व्यू दे विच नहीं कर सकते। ਇਹ ਗੱਲ ਨਿਊਯਾਰਕ ਦੇ ਵਿੱਚ ਆਮ ਤੌਰ ਦੇ ਉੱਤੇ ਪ੍ਰਮਾਣਿਤ ਹੈ ਕਿ ਬਹੁਤਾਤ ਦੇ ਵਿੱਚ ਲੋਕਾਂ ਦੇ ਜੇਕਰ ਸਰਵੇ ਕਰ ਲਿਆ ਜਾਵੇ ਤਾਂ ਪੰਜਾਬ ਤੋਂ ਪ੍ਰਵੇਸ਼ ਕੀਤੇ ਹੋਏ ਲੋਕ ਜੇਕਰ ਉਹਨਾਂ ਨੂੰ ਪੁੱਛਿਆ ਜਾਵੇ ਕਿ ਤੁਹਾਨੂੰ ਅਮਰੀਕਾ ਦੇ ਵਿੱਚ ਪ੍ਰਗਤੀਵਾਦੀ ਮੁਲਕ ਦੇ ਵਿੱਚ ਆਉਣ ਤੋਂ ਪਹਿਲਾਂ ਪੰਜਾਬ ਦੇ ਵਿੱਚ ਇਹ ਬਰਾਦਰੀਵਾਦ ਬਾਰੇ ਜ਼ਿਆਦਾ ਨੌਲੇਜ ਸੀ, ਤਾਂ ਮੈਂ ਇਹ ਗੱਲ ਕਹਾਂਗਾ ਕਿ 95% ਲੋਕਾਂ ਦੇ ਅੰਦਰ ਇਹ ਸਵਾਲ ਦਾ ਉੱਤਰ ਜਿਹੜਾ ਉਹ ਨਾ ਪੱਖੀ ਹੋਏਗਾ। ਪਰ ਜਦੋਂ ਇਸ ਤਰ੍ਹਾਂ ਦੀ ਕੋਈ ਚੀਜ਼ ਪਣਪਦੀ ਹੈ ਤਾਂ ਉਸ ਵੇਲੇ ਕਮਿਊਨਿਟੀ ਦੇ ਵਿੱਚ ਇੱਕਜੁੱਟਤਾ ਦੇ ਨਾਲ ਇਸ ਚੀਜ਼ ਦੇ ਉੱਤੇ ਸਵਾਗਾ ਮਾਰਨ ਵਾਲੇ ਲੋਕ ਵੀ ਆਉਂਦੇ ਜਾਂਦੇ ਰਹਿੰਦੇ। ਸਾਡੀ ਸਮੁੱਚੀ ਸਿੱਖ ਕੌਮ ਨੂੰ ਇੱਕ ਮਾਣ ਹੋਣਾ ਚਾਹੀਦਾ ਕਿ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲੇ ਇੱਕ ਆਧੁਨਿਕ ਜ਼ਮਾਨੇ ਦੇ ਸਿੱਖ ਕੌਮ ਦੇ ਕੋਲ ਇੱਕ ਸਿੱਖ ਦਾਰਸ਼ਨਿਕ ਰੂਪ ਦੇ ਵਿੱਚ ਉਹਨਾਂ ਨੂੰ ਵੇਖਿਆ ਜਾਣਾ ਚਾਹੀਦਾ, ਜਿਨ੍ਹਾਂ ਨੇ ਮੈਂ ਸਮਝਾਂਗਾ ਕਿ ਸਾਡੇ ਗੁਰੂ ਸਾਹਿਬਾਨ ਅਤੇ ਗੁਰੂ ਗ੍ਰੰਥ ਸਾਹਿਬ ਦੇ ਕਨਸੈਪਟ ਦੇ ਆਧਾਰ ਦੇ ਉੱਤੇ ਜੇ ਕਿਤੇ ਧੱਕਾ ਜ਼ੋਰ ਹੋਇਆ ਤਾਂ ਉਹ ਇਸੇ ਗੱਲ ਦੇ ਉੱਤੇ ਖੜ੍ਹੇ, ਗੁਰੂ ਨਾਨਕ ਪਾਤਸ਼ਾਹ ਦੀ ਗੱਲ ਦੇ ਉੱਤੇ ਕਿ ਰਾਜੇਸ਼ੀ ਮੁਕੱਦਮ ਕੁੱਤੇ। ਜੇ ਰਾਜ ਦੇ ਵਿੱਚ ਤਾਕਤ ਹੋਈ ਤਾਂ ਉਹ ਰਾਜ ਸੱਤਾ ਵਾਲੂ ਵੀ ਗਏ, ਜੇਕਰ ਧਾਰਮਿਕ ਸੁਧਾਰਾਂ ਦੀ ਗੱਲ ਹੋਈ ਤਾਂ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਅਹਿਮ ਸਥਾਨਾਂ ਦੇ ਉੱਤੇ ਰਹੇ। ਪਰ ਮਸਲਾ ਇਸ ਗੱਲ ਦਾ ਸੀ ਕਿ ਉਹਨਾਂ ਨੂੰ ਇਸ ਗੱਲ ਦਾ ਇਲਮ ਸੀ ਕਿ ਜਦ ਤੱਕ ਸਮੁੱਚੀ ਕਮਿਊਨਿਟੀ ਅਤੇ ਸਮੁੱਚੀ ਸਿੱਖ ਕੌਮ ਦੇ ਵਿੱਚ ਵਿੱਦਿਅਕ ਜਾਗਰਤੀ ਨਹੀਂ ਆਉਂਦੀ ਉਸ ਵੇਲੇ ਤੱਕ ਕੌਮ ਦਾ ਭਾਰ ਉਤਾਰਾ ਜਿਹੜਾ ਉਹ ਨਹੀਂ ਹੋ ਸਕਦਾ। ਅਤੇ ਵਿੱਦਿਅਕ ਜਾਗਰਤੀ ਮੈਂ ਸਮਝਾਂਗਾ ਜਿਹਨਾਂ ਸ਼ਹਿਰਾਂ ਦੇ ਵਿੱਚ ਜਗਦੇ ਲਾਟੂ ਹੋਣ, ਜਿਹਨਾਂ ਸ਼ਹਿਰਾਂ ਦੇ ਵਿੱਚ ਦੁਧੀਆਂ ਮੋਮਬੱਤੀਆਂ ਜਗਦੀਆਂ ਹੋਣ, ਉਹਨਾਂ ਸ਼ਹਿਰਾਂ ਦੇ ਵਿੱਚ ਰੌਸ਼ਨੀ ਜਗਾਉਣੀ ਬਹੁਤ ਸੌਖੀ ਹੁੰਦੀ ਹੈ। ਜਿਹਨਾਂ ਪਿੰਡਾਂ ਦੇ ਵਿੱਚ ਬਿਜਲੀ ਦੀਆਂ ਲਾਈਨਾਂ ਨਾ ਹੋਣ, ਜਿਹਨਾਂ ਥਾਵਾਂ ਦੇ ਉੱਤੇ ਘੁੱਪ ਹਨੇਰਾ ਹੋਵੇ, ਉਸ ਜਗ੍ਹਾ ਦੇ ਉੱਤੇ ਐਜੂਕੇਸ਼ਨ ਦੇ ਬਲਬ ਬਾਲਣੇ, ਮੈਂ ਸਮਝਾਂਗਾ ਕਿ ਇੱਕ ਕ੍ਰਾਂਤੀਕਾਰੀ ਅਤੇ ਇਨਕਲਾਬੀ ਸੋਚ ਰੱਖਣ ਵਾਲੇ ਧਾਰਮਿਕ ਆਗੂ ਤੋਂ ਬਿਨਾਂ ਹੋਰ ਕੋਈ ਵੀ ਨਹੀਂ ਕਰ ਸਕਦਾ, ਜੋ ਮੈਂ ਸਮਝਾਂਗਾ ਸਮੁੱਚੇ ਦੁਆਬੇ ਦੇ ਵਿੱਚ ਹੀ ਨਹੀਂ ਮਾਝੇ ਤੱਕ ਜਾਂ ਹੋਰ ਅਨੇਕਾਂ ਥਾਵਾਂ ਦੇ ਉੱਤੇ ਸੰਤ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਨੇ ਇਹ ਚਾਨਣ ਵੰਡਿਆ। ਵਿਦੇਸ਼ਾਂ ਵਿੱਚ ਪਹੁੰਚੇ, ਲਕੀਰਾਂ ਦਾ ਸਾਹਮਣਾ ਕਰਨਾ ਪਿਆ, ਦੇਖਿਆ ਕਿ ਕਿੰਨੀਆਂ ਗੂੜੀਆਂ ਜਿਹੀਆਂ ਲਕੀਰਾਂ ਵਾਹੀਆਂ ਹੋਈਆਂ ਨੇ, ਪਰ ਮੈਂ ਇੱਕ ਗੱਲ ਕਹਾਂਗਾ ਕਿ ਉਹ ਲਕੀਰਾਂ ਤੋੜੀਆਂ ਗਈਆਂ ਕਿ ਸੰਤ ਕਿਸੇ ਇੱਕ ਕੌਮ ਦੇ ਨਹੀਂ। ਅਤੇ ਸਿੱਖ ਕੌਮ ਦੇ ਵਿੱਚ ਜੇਕਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਇਹ ਬਰਾਦਰੀਵਾਦ ਖਤਮ ਕਰ ਦਿੱਤਾ ਅਤੇ ਅਸੀਂ ਬਰਾਦਰੀ ਇੱਕ ਸਿੱਖ ਕੌਮ ਹੋ ਕੇ ਉਸ ਦੇ ਵਿੱਚ ਖੁਦ ਮੁੜ ਕੇ ਬਰਾਦਰੀ ਦੀਆਂ ਲਕੀਰਾਂ ਇਹਨਾਂ ਮੁਲਕਾਂ ਦੇ ਵਿੱਚ ਡਾਉਣ ਲੱਗ ਪਏ। ਔਰ ਮੈਨੂੰ ਇਹ ਗੱਲ ਯਾਦ ਆਉਂਦੀ ਹੈ ਕਿ ਇਹ ਮਜ਼ਹਬ ਜੋ ਮੈਂ ਬਣਾਏ ਇਹ ਮੈਨੂੰ ਹੀ ਖਾਣ ਆਏ, ਮਿਟਣਾ ਨਹੀਂ ਇਹਨਾਂ ਤੋਂ ਨਾਮੋ ਨਿਸ਼ਾਨ ਮੇਰਾ। ਔਰ ਮੈਂ ਸਮਝਾਂਗਾ ਕਿ ਸਾਡੇ ਉਸ ਮਹਾਨ ਸੰਤ ਔਰ ਦਾਰਸ਼ਨਿਕ ਮਹਾਂਪੁਰਖ ਸੰਤ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੀ 69ਵੀਂ ਬਰਸੀ 69th ਬਰਸੀ, ਜਿਸ ਨੂੰ ਅਸੀਂ ਗੁਰੂ ਘਰਾਂ ਤੋਂ ਵੀ ਬਾਹਰ ਲਿਆ ਕੇ ਪਿਛਲੇ ਕਈ ਸਾਲਾਂ ਤੋਂ, ਮੈਂ ਸਮਝਾਂਗਾ ਕਿ ਖੁੱਲ੍ਹੇ ਅੰਬਰ ਦੇ ਵਿੱਚ ਨਿਊਯਾਰਕ ਦੁਨੀਆ ਦਾ ਇੱਕ ਇਹੋ ਜਿਹਾ ਸਥਾਨ ਹੋਏਗਾ ਪੰਜਾਬ ਦੀ ਉਸ ਪਿੱਤਰੀ ਭੂਮੀ ਤੋਂ ਬਾਅਦ ਕਿ ਇੱਕ ਖੁੱਲ੍ਹੇ ਅਸਮਾਨ ਦੇ ਵਿੱਚ ਸਮੋਕੀ ਪਾਰਕ ਦੇ ਵਿੱਚ ਹਰ ਸਾਲ ਸੰਤਾਂ ਦੀ ਜਿਹੜੀ ਆ ਉਹ ਬਰਸੀ ਆ ਉਹ ਸਮੁੱਚੀ ਦੁਨੀਆ ਭਰ ਦੀ ਮਾਨਵਤਾ ਅਤੇ ਇਨਸਾਨੀਅਤ ਦੇ ਨਾਮ ਉਹ ਦਿਹਾੜਾ ਲਿਖਿਆ ਜਾਂਦਾ, ਜਿਹੜਾ ਕਿ 2 ਜੂਨ ਨੂੰ ਮਨਾਇਆ ਜਾ ਰਿਹਾ। ਔਰ ਸਭ ਤੋਂ ਵੱਡੀ ਗੱਲ ਕਿ ਇਸ
ਕਵਾਇਤ ਨੂੰ ਅੱਗੇ ਤੋਰਨ ਵਾਲੇ ਇਸ ਸੰਸਥਾ ਦੇ ਸਰਪ੍ਰਸਤ ਬਣੇ, ਮਜ਼ਹਬਾਂ ਦੀ ਚੁੰਗਲ ਦੇ ਵਿੱਚੋਂ ਆਪਣੇ ਮਹਾਂਪੁਰਖਾਂ ਨੂੰ ਬਾਹਰ ਕੱਢ ਕੇ ਉਸ ਰੋਸ਼ਨੀ ਨੂੰ ਲੋਕਾਂ ਤੱਕ ਹੋਰ ਲਿਜਾਣ ਲਈ ਉਪਰਾਲਾ ਕਰਨ ਵਾਲੇ ਉਸ ਆਰਗੇਨਾਈਜੇਸ਼ਨ ਦੇ ਸਰਪ੍ਰਸਤ ਸਰਦਾਰ ਹਰਬੰਸ ਸਿੰਘ ਢਿੱਲੋਂ, ਸਾਡੇ ਬਹੁਤ ਹੀ ਸੀਨੀਅਰ ਅਤੇ ਸਤਿਕਾਰਯੋਗ ਸਰਪ੍ਰਸਤ ਬਾਬੂ ਜੋਗਿੰਦਰ ਸਿੰਘ ਜੀ, ਜਿਨ੍ਹਾਂ ਨੂੰ ਅਕਸਰ ਸਾਰੀ ਦੁਨੀਆ ਜਾਣਦੀ ਹੈ, ਔਰ ਸਾਡੇ ਵੱਡੇ ਭਾਈ ਸਾਹਿਬ ਸਰਦਾਰ ਜਿਹੜੇ ਕਿ ਰਾਜਨੀਤਿਕ ਮੁਹਾਰਤ ਵੀ ਰੱਖਦੇ ਨੇ ਪੰਜਾਬ ਦੇ ਵਿੱਚ, ਸਰਦਾਰ ਕੁਲਵੀਰ ਸਿੰਘ ਪ੍ਰੇਮਪੁਰ, ਉਹ ਅੱਜ ਸਾਡੇ ਸਟੂਡੀਓ ਦੇ ਵਿੱਚ 2 ਜੂਨ ਨੂੰ ਸਮੋਕੀ ਪਾਰਕ ਦੇ ਵਿੱਚ ਜਿਹੜਾ ਬਰਸੀ ਦਾ ਜੋੜ ਮੇਲਾ ਮਨਾਇਆ ਜਾ ਰਿਹਾ, ਉਸ ਜੋੜ ਮੇਲੇ ਦੇ ਸੰਬੰਧ ਦੇ ਵਿੱਚ ਵਿਚਾਰਾਂ ਕਰਨ ਆਏ ਆ, ਕਿਉਂਕਿ ਉਸ ਦੇ ਵਿੱਚ ਟਰਾਈ ਸਟੇਟ ਦੇ ਸਮੁੱਚੇ, ਮੈਂ ਸਮਝਾਂਗਾ ਆਸੇ ਪਾਸੇ ਦੀਆਂ ਸਟੇਟਾਂ ਦੇ ਵਿੱਚੋਂ ਵੀ ਸੰਗਤ ਜਿਹੜੀ ਆ ਉਹ ਸ਼ਰਧਾਪੂਰਵਕ ਨਮਸਤਕ ਹੁਣ ਉਸ ਸਥਾਨ ਦੇ ਉੱਤੇ ਆਉਂਦੀ ਹੈ, ਔਰ ਉਹ ਮੇਲਾ ਸੱਦੇ ਪੱਤਰਾਂ ਦਾ ਮੁਹਤਾਜ ਨਹੀਂ, ਆਪਣੇ ਆਪ ਹੀ ਮੈਂ ਸਮਝਾਂਗਾ ਕਿ ਉਹ ਲੋਕਾਂ ਦਾ, ਲੋਕਾਈ ਦਾ ਅਤੇ ਸ਼ਰਧਾ ਦਾ ਭਰ ਵਗਦਾ ਦਰਿਆ। ਸਭ ਤੋਂ ਪਹਿਲਾਂ ਮੇਰੇ ਨਾਲ ਤਸ਼ਰੀਫ ਫਰਮਾਨ ਨੇ ਸਰਦਾਰ ਹਰਬੰਸ ਸਿੰਘ ਢਿੱਲੋਂ, ਉਹਨਾਂ ਦੇ ਨਾਲ ਤਸ਼ਰੀਫ ਫਰਮਾਨ ਨੇ ਬਾਬੂ ਜੋਗਿੰਦਰ ਸਿੰਘ ਜੀ, ਉਹਨਾਂ ਦੇ ਨਾਲ ਤਸ਼ਰੀਫ ਫਰਮਾਨ ਨੇ ਸਰਦਾਰ ਕੁਲਵੀਰ ਸਿੰਘ ਪ੍ਰੇਮਪੁਰ। ਮੈਂ ਸਾਰੇ ਹੀ ਆਪਣੇ ਸਤਿਕਾਰਯੋਗ ਬਜ਼ੁਰਗਾਂ, ਵੱਡੇ ਭਰਾਵਾਂ ਨੂੰ ਫਤਿਹ ਬੁਲਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਸਰਦਾਰ ਹਰਬੰਸ ਸਿੰਘ ਢਿੱਲੋਂ ਜੀ, ਮੈਂ ਜਾਣਕਾਰੀ ਤੋਂ ਸ਼ੁਰੂ ਕਰਾਂਗਾ ਕਿ ਪੂਰੇ 2 ਜੂਨ ਦੀ ਸਾਡੇ ਉਸ ਵੇਲੇ, ਮੈਂ ਸਮਝਾਂ ਘੱਲੂਘਾਰੇ ਦਾ ਵੀ ਇੱਕ ਖਾਸ ਸਾਡਾ ਹਫ਼ਤਾ ਹੈ, ਅਸੀਂ ਉਸ ਹਫ਼ਤੇ ਨੂੰ ਉਸ ਪੱਖ ਤੋਂ ਵੀ ਯਾਦ ਕਰਦੇ ਹਾਂ, ਔਰ ਜਿੱਥੇ 2 ਜੂਨ ਉਸ ਦੇ ਵਿੱਚ ਹੀ ਉਹ ਹਫ਼ਤੇ ਦੇ ਵਿੱਚ ਆਉਂਦੀ ਹੈ, ਔਰ ਇੱਕ ਬਹੁਤ ਹੀ ਸ਼ਰਧਾ ਪੂਰਵਕ ਜਿਹੜਾ ਹੈ ਇਹ ਜੋੜ ਮੇਲਾ ਹੁੰਦਾ। ਉਸ ਦੀ ਪੂਰੀ ਰੂਪ ਰੇਖਾ ਦੱਸੋ ਕਿ ਕਿੱਥੋਂ ਕਿੱਥੋਂ ਕਿਸ ਕਿਸ ਢੰਗ ਨਾਲ ਸ਼ੁਰੂ ਹੋ ਕੇ ਸਮੋਕੀ ਪਾਰਕ ਦੇ ਵਿੱਚ ਜਿਹੜੇ ਆ ਉਹ ਮਹਾਰਾਜ ਦੇ ਪ੍ਰਕਾਸ਼ ਪਹੁੰਚਣੇ ਆ, ਔਰ ਕਿਸ ਕਿਸ ਤਰ੍ਹਾਂ ਦੀ ਰੂਪ ਰੇਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਰਿਆੜ ਸਾਹਿਬ ਜਸ ਪੰਜਾਬੀ ਦਾ ਧੰਨਵਾਦ ਕਰਦਾ, ਜਿਹੜਾ ਹਮੇਸ਼ਾ ਜਿਹੜੇ ਸਾਡੇ ਸਿੱਖ ਕਮਿਊਨਿਟੀ ਦੇ ਕੋਈ ਵੀ ਫੰਕਸ਼ਨ ਹੁੰਦੇ ਆ, ਜਾਂ ਧਾਰਮਿਕ ਜਾਂ ਸਪੋਰਟਸ ਜਾਂ ਹੋਰ ਵੀ ਕਈ ਪ੍ਰੋਗਰਾਮ ਜਿਹੜੇ ਉਲੀਕਦੇ ਆ, ਹਮੇਸ਼ਾ ਜਸ ਪੰਜਾਬੀ ਮੋਹਰੇ ਹੋ ਕੇ ਉਸ ਨੂੰ ਹਮੇਸ਼ਾ ਸਿੱਖ ਕੌਮ ਦੀ ਚੜ੍ਹਦੀ ਕਲਾ ਵਾਸਤੇ ਸਾਰੇ ਪ੍ਰੋਗਰਾਮ ਜਿਹੜੇ ਆ ਉਹ ਦਿਖਾਉਂਦਾ, ਅਸੀਂ ਇਸ ਕਰਕੇ ਜਸ ਪੰਜਾਬੀ ਦਾ ਧੰਨਵਾਦ ਕਰਦੇ ਹਾਂ। ਦੂਸਰਾ ਜਿਹੜਾ ਪ੍ਰੋਗਰਾਮ ਆ ਸੰਤਾਂ ਦੀ ਬਰਸੀ ਆ, ਇਹ ਬੜੇ ਚਿਰਾਂ ਤੋਂ ਤਕਰੀਬਨ 40 ਸਾਲ ਹੋ ਗਏ ਮੈਨੂੰ ਯੂਨਾਈਟਡ ਸਟੇਟ ਦੇ ਵਿੱਚ ਇੱਥੇ ਰਹਿੰਦੇ ਨੂੰ, 40 ਸਾਲ ਪਹਿਲੋਂ ਤਕਰੀਬਨ 35 ਸਾਲ ਪਹਿਲੋਂ ਇਹ ਜਿਹੜੀ ਬਰਸੀ ਆ ਸੰਤਾਂ ਦੀ, ਇਹ ਸਿੱਖਲ ਸੁਸਾਇਟੀ ਦੇ ਵਿੱਚ ਸ਼ੁਰੂ ਹੋਈ ਸੀ। ਜਦੋਂ ਇਹ ਬਰਸੀ ਸ਼ੁਰੂ ਹੋਈ ਆ ਤਕਰੀਬਨ 1984 ਦਾ, ਅਤੇ ਜਿਹੜੀ ਬਰਸੀ ਦਾ ਇਹ ਤੀਵਨ ਫੰਕਸ਼ਨ ਜਿਹੜਾ ਨੇੜੇ ਨੇੜੇ ਬਿਲਕੁਲ ਜਿਹੜੇ ਆ ਦੋਨੋਂ ਕਲੋਜ਼ ਹੁੰਦੇ ਆ, ਕਈ ਵਾਰਾਂ ਇੱਕ ਦੂਜੇ ਵਿੱਚ ਥੋੜ੍ਹਾ ਬਹੁਤਾ ਟਕਰਾਅ ਵੀ ਇਸ ਬਾਰੇ ਮਤਲਬ ਸਾਡੀ ਕਮਿਊਨਿਟੀ ਦੇ ਵਿੱਚ ਆਇਆ। ਅਸੀਂ ਸਮਝਦੇ ਹਾਂ ਵੀ ਜਿਹੜਾ 1984 ਦੇ ਵਿੱਚ ਹੋਇਆ ਉਹ ਵੀ ਸਿੱਖ ਕੌਮ ਦੇ ਵਿੱਚ ਇੱਕ ਬਹੁਤ ਵੱਡਾ ਮਤਲਬ ਜਿਹੜਾ ਘਾਣ ਹੋਇਆ ਸਿੱਖੀ ਦਾ ਦਿੱਲੀ ਦੇ ਵਿੱਚ, ਜਾਂ ਸਾਡੇ ਸਾਰੇ ਗੁਰੂ ਘਰਾਂ 'ਤੇ ਅਟੈਕ ਹੋਣਾ, ਮਤਲਬ ਬਹੁਤ ਵੱਡੀ ਸਿੱਖਾਂ ਵਾਸਤੇ ਜਿਹੜੀ ਉਸ ਨੂੰ ਖਤਮ ਕਰਨ ਦੀ ਜਿਹੜੀ ਇੰਡੀਅਨ ਗੌਰਮੈਂਟ ਦੀ ਸਾਜ਼ਿਸ਼ ਸੀ ਉਹ ਕੀਤੀ ਗਈ। ਉਸ ਤੋਂ ਬਾਅਦ ਜਦੋਂ ਇਹ ਕੁਛ ਸਾਲ ਮਤਲਬ ਤਕਰੀਬਨ 7 ਬਰਸੀਆਂ ਜਾਂ 8 ਬਰਸੀਆਂ ਜਿਹੜੀਆਂ ਉਹ ਸਿੱਖਲ ਸੁਸਾਇਟੀ ਦੇ ਵਿੱਚ ਮਨਾਈਆਂ ਗਈਆਂ, ਉੱਥੇ ਕਈ ਵਾਰਾਂ ਇਹ ਚੱਲਿਆ ਵੀ ਸਿੱਖਲ ਸੁਸਾਇਟੀ ਦੇ ਵਿੱਚ ਫਲਾਨਾ ਪ੍ਰਧਾਨ ਆ ਜਾਣਾ ਅਤੇ ਇੱਥੇ ਬਰਸੀ ਬੰਦ ਹੋ ਜਾਣੀ ਆ, ਫਲਾਨਾ ਆ ਗਿਆ ਤਾਂ ਬਰਸੀ ਬੰਦ ਹੋ ਜਾਣੀ ਆ। ਮੈਂ ਉਦੋਂ ਹਊਆ ਖੜਾ ਕੀਤਾ ਜਾਂਦਾ ਰਿਹਾ ਹੈ, ਇਹ ਅਕਸਰ ਮਤਲਬ ਮੈਂ ਦੇਖਿਆ ਹਊਆ ਖੜਾ ਕੀਤਾ ਗਿਆ, ਅਤੇ ਮੈਂ ਸਿੱਖਲ ਸੁਸਾਇਟੀ ਦੀ ਸਟੇਜ ਤੋਂ ਇਹ ਗੱਲ ਉਸ ਵੇਲੇ ਕਹੀ ਸੀ ਵੀ ਜਿਹੜੀ ਸੰਤਾਂ ਦੀ ਬਰਸੀ ਆ ਉਸ ਨੂੰ ਕਦੀ ਵੀ ਸਟੋਪ ਨਹੀਂ ਕੀਤਾ ਜਾਊਗਾ, ਇਹ ਮੈਂ ਤੁਹਾਨੂੰ ਗਰੰਟੀ ਨਾਲ ਸਾਰੇ ਨਿਊਯਾਰਕ ਦੀ ਸੰਗਤ ਨੂੰ ਅਤੇ ਵਰਲਡ ਦੀ ਸੰਗਤ ਨੂੰ ਇਹ ਗਰੰਟੀ ਨਾਲ ਤੁਹਾਨੂੰ ਕਹਿਣਾ ਵੀ ਬਰਸੀ ਸਿੱਖ ਕਲ ਸੁਸਾਇਟੀ ਦੇ ਵਿੱਚ ਹਮੇਸ਼ਾ ਕੋਈ ਵੀ ਇੱਥੇ ਪ੍ਰਧਾਨ ਆਵੇ ਹਮੇਸ਼ਾ ਮਨਾਈ ਜਾਊਗੀ। ਉਸ ਦਿਨ ਤੋਂ ਕੁਛ ਬਰਸੀਆਂ ਜਿਹੜੀਆਂ ਅਸੀਂ ਉਹ ਸਿੱਖ ਕਲ ਸੁਸਾਇਟੀ ਦੇ ਵਿੱਚ ਮਨਾਈਆਂ, ਪਰ ਬਹੁਤ ਵੱਡਾ ਉੱਥੇ ਇਕੱਠ ਦੇਖ ਕੇ ਜਿਹੜੀ 118 ਸਟਰੀਟ ਆਈ ਉਸ ਨੂੰ ਵੀ ਬਲੌਕ ਕੀਤਾ, 97 ਸਟਰੀਟ ਜਿਹੜੀ ਐਵਨਿਊ ਆ ਉਸ ਨੂੰ ਵੀ ਬਲੌਕ ਕੀਤਾ, ਅਤੇ ਪਾਰਕ ਵੀ ਅਸੀਂ ਖਾਲੀ ਕਰਾ ਕੇ ਐਡਾ ਵੱਡਾ ਉੱਥੇ ਫੰਕਸ਼ਨ ਜਿਹੜਾ ਸੰਤਾਂ ਦੀ ਬਰਸੀ ਦਾ ਅਸੀਂ ਕੀਤਾ, ਪਰ ਉੱਥੇ ਵੀ ਜਿਹੜਾ ਸੰਘ ਦਾ ਕੰਟਰੋਲ ਸੀ ਸਾਡੇ ਕੋਲ ਨਹੀਂ ਹੋਇਆ। ਹਾਂ ਕਿ ਅਸੀਂ ਉਸ ਦਿਨ ਉੱਥੇ ਅਨਾਊਂਸਮੈਂਟ ਕਰ ਦਿੱਤੀ ਵੀ ਜਿਹੜੀ ਉਹ ਨੈਕਸਟ ਬਰਸੀ ਆ ਉਹ ਸਮੋਕੀ ਪਾਰਕ ਦੇ ਵਿੱਚ ਬਣਾਈ ਜਾਊਗੀ, ਜਿਹੜੀ ਅਸੀਂ ਪਿਛਲੇ ਕਈ ਸਾਲਾਂ ਤੋਂ ਜਿਹੜੀ ਸਮੋਕੀ ਪਾਰਕ ਦੇ ਵਿੱਚ ਜਿਹੜੀ ਬਰਸੀ ਮਨਾਉਂਦੇ ਹਾਂ। ਇਸ ਬਰਸੀ ਦਾ ਸਭ ਤੋਂ ਮਤਲਬ ਸਭ ਤੋਂ ਵੱਡੀ ਜਿਹੜੀ ਚੰਗੀ ਗੱਲ ਇਹ ਆ, ਜਦੋਂ ਅਸੀਂ ਗੁਰਦੁਆਰਿਆਂ ਦੇ ਵਿੱਚ ਬਰਸੀ ਮਨਾਉਂਦੇ ਹਾਂ ਅਤੇ ਗੁਰਦੁਆਰਿਆਂ ਦੇ ਵਿੱਚ ਇਕੱਲੀ ਜਿਹੜੀ ਆ ਸਿੱਖ ਕਮਿਊਨਿਟੀ ਆਉਂਦੀ ਆ, ਜਾਂ 2-4 ਕੋਈ ਕਾਲੇ ਜਾਂ ਗੋਰੇ ਉੱਥੇ ਆ ਗਏ, ਇਸ ਤੋਂ ਵੱਧ ਉਹਨਾਂ ਦੀ ਗਿਣਤੀ ਜਿਹੜੀ
ਉਹ ਗੁਰਦੁਆਰਿਆਂ ਦੇ ਵਿੱਚ ਨਹੀਂ ਹੁੰਦੀ ਪਰ ਜਦੋਂ ਦਾ ਅਸੀਂ ਸਮੋਕੀ ਪਾਰਕ ਦੇ ਵਿੱਚ ਮਤਲਬ ਜਿਹੜੀ ਬਰਸੀ ਮਨਾਉਣ ਲੱਗੇ ਹਾਂ ਸਾਡਾ ਤੁਸੀਂ ਰਿਆੜ ਸਾਹਿਬ ਦੇਖਦੇ ਹੋ ਸਭ ਤੋਂ ਵੱਡਾ ਇਕੱਠ ਉੱਥੇ ਜੇ 20-25 ਹਜ਼ਾਰ ਉੱਥੇ ਪੰਜਾਬੀ ਆ ਕੇ ਮੱਥਾ ਟੇਕਦਾ ਜਾਂ ਸਿੱਖ ਮੱਥਾ ਟੇਕਦੇ ਆ ਅਤੇ ਨਾਲ ਤੁਸੀਂ ਦੇਖੋ ਵੀ ਉੱਥੇ ਘੱਟ ਤੋਂ ਘੱਟ ਵੀ 4-5 ਹਜ਼ਾਰ ਗੋਰੇ ਅਤੇ ਕਾਲੇ ਅਤੇ ਗਿਆਨਾਂ ਵਾਲੇ ਵੀ ਉੱਥੇ ਉਸ ਬਰਸੀ ਦੇ ਵਿੱਚ ਆਉਂਦੇ ਆ ਅਤੇ ਹਮੇਸ਼ਾ ਜਦੋਂ ਅਸੀਂ ਸੜਕਾਂ 'ਤੇ ਤੁਰੇ ਜਾਂਦੇ ਹਾਂ ਮੈਂ ਹਮੇਸ਼ਾ ਜਿਹੜਾ ਨਿਊਯਾਰਕ ਦੇ ਵਿੱਚ ਰਿਚਮੰਡ ਦੇ ਏਰੀਏ ਦੇ ਵਿੱਚ ਵਾਕ ਕਰਕੇ ਜਾਂਦਾ ਜਦੋਂ ਕੋਈ ਮੈਨੂੰ ਪੱਗ ਵਾਲੇ ਬੰਦੇ ਨੂੰ ਜਦੋਂ ਤੁਰੇ ਜਾਂਦੇ ਨੂੰ ਕਈ ਵਾਰ ਪੁੱਛਦੇ ਆ ਲੋਕ ਵੀ ਉਹ ਜਿਹੜੀ ਪਾਰਕ ਦੇ ਵਿੱਚ ਤੁਸੀਂ ਫੰਕਸ਼ਨ ਕਰਦੇ ਹੁੰਦੇ ਹੋ ਕਦੋਂ ਆਉਣਾ ਉਹ ਇਸ ਕਰਕੇ ਸਾਨੂੰ ਯਾਦ ਕਰਦੇ ਸ਼ਾਇਦ ਸਾਡੀ ਜਿਹੜੀ ਉੱਥੇ ਜਿਹੜੀ ਅਸੀਂ ਸਪੀਚ ਕਰਦੇ ਹਾਂ ਉਹ ਤਾਂ ਸਾਡੇ ਨਹੀਂ ਸਮਝਦੇ ਪਰ ਉਹਨਾਂ ਨੂੰ ਥੋੜ੍ਹਾ ਬਹੁਤਾ ਇਹ ਪਤਾ ਵੀ ਇਹ ਧਾਰਮਿਕ ਕੋਈ ਪ੍ਰੋਗਰਾਮ ਇਸ ਜਿਹੜੀ ਪਾਰਕ ਦੇ ਵਿੱਚ ਕਰਦੇ ਆ ਉਹ ਜਿਹੜਾ ਉੱਥੋਂ ਦਾ ਖਾਣ ਪੀਣ ਦਾ ਪ੍ਰੋਗਰਾਮ ਆ ਉੱਥੋਂ ਦੇ ਲੋਕਾਂ ਦਾ ਰਹਿਣ ਸਹਿਣ ਆ ਉਸ ਵੇਲੇ ਸਾਡੀਆਂ ਜਿਹੜੀਆਂ ਦਸਤਾਰਾਂ ਜਿੱਦਾਂ ਅਸੀਂ ਬੰਨ ਕੇ ਪਾਰਕ ਦੇ ਵਿੱਚ ਜਾਂਦੇ ਹਾਂ ਉਸ ਨੂੰ ਦੇਖ ਕੇ ਸਾਡੇ ਜਿਹੜੇ ਰਿਚਮੰਡ ਦੇ ਮੈਂ ਸਮਝਦਾ ਵੀ ਇਹ ਜਿਹੜੀ ਕਮਿਊਨਿਟੀ ਜਿੱਦਾਂ ਜਮੈਕਾ ਐਵਨਿਊ ਤੋਂ ਲੈ ਕੇ ਏਅਰਪੋਰਟ ਤੱਕ ਅਤੇ ਬੈਲਟ ਪਾਰਕਵੇ ਤੱਕ ਅਤੇ ਦੂਰ ਦੂਰ ਤੱਕ ਜਿਹੜੇ ਲੋਕ ਆ ਉੱਥੋਂ ਦੇ ਉਹਨਾਂ ਨੂੰ ਇਹ ਪਤਾ ਲੱਗਦਾ ਵੀ ਅੱਜ ਜਿਹੜੇ ਸਿੱਖ ਆ ਕੋਈ ਦਿਨ ਮਨਾ ਰਹੇ ਆ ਅਤੇ ਅਸੀਂ ਉੱਥੇ ਪਹੁੰਚਣਾ ਹੈ ਪਹੁੰਚਣਾ ਥੋੜ੍ਹੇ ਬਹੁਤੇ ਜਿੱਦਾਂ ਪੁਲਿਸ ਅਫਸਰ ਆ ਬਹੁਤ ਪੁਲਿਸ ਅਫਸਰਾਂ ਨੂੰ ਪਤਾ ਵੀ ਇਹ ਸੰਤਾਂ ਦੀ ਉੱਥੇ ਬਰਸੀ ਮਨਾਉਂਦੇ ਆ ਜਿੱਦਾਂ ਇਸ ਵਾਰਾਂ ਵੀ ਮਤਲਬ ਅਸੀਂ ਸਾਰੇ ਪੁਲਿਸ ਅਫਸਰਾਂ ਨੂੰ ਪੋਲੀਟੀਕਲ ਲੀਡਰਾਂ ਨੂੰ ਅਤੇ ਹੋਰ ਵੀ ਬੰਦਿਆਂ ਨੂੰ ਇਨਵਾਈਟ ਕੀਤਾ ਇਸ ਬਰਸੀ ਦਾ ਸਭ ਤੋਂ ਵੱਡੀ ਗੱਲ ਆ ਵੀ ਅਸੀਂ ਕਿਸੇ ਨੂੰ ਉੱਥੇ ਕੋਈ ਵੀ ਬੰਦਾ ਚਾਹੇ ਉਹ ਸਾਡੇ ਨਾਲ ਬੋਲਦਾ ਕਿ ਨਹੀਂ ਬੋਲਦਾ ਅਸੀਂ ਹਰ ਇੱਕ ਬੰਦੇ ਨੂੰ ਇਹਦੇ ਵਿੱਚ ਸੱਦਾ ਦਿੰਦੇ ਵੀ ਤੁਸੀਂ ਉੱਥੇ ਪਹੁੰਚੋ ਉਹ ਸੱਦਾ ਇਸ ਕਰਕੇ ਦਿੰਦੇ ਹਾਂ ਵੀ ਸੰਤ ਸਾਰਿਆਂ ਦੇ ਸਾਂਝੇ ਹੁੰਦੇ ਆ ਅਤੇ ਸੰਤਾਂ ਨੂੰ ਕਦੀ ਵੀ ਵੰਡੀ ਨਹੀਂ ਪਾਈ ਜਾ ਸਕਦੀ ਮੈਂ ਸਾਡੇ ਗਰੁੱਪ ਦੇ ਸਾਰੇ ਬੰਦੇ ਜਿੰਨੇ ਵੀ ਆ ਕਦੀ ਵੀ ਇਹ ਇਸ ਗੱਲ ਦੀ ਲੜਾਈ ਨਹੀਂ ਹੋਈ ਵੀ ਕਿਹਨੇ ਅੱਗੇ ਹੋ ਕੇ ਕੋਈ ਕੰਮ ਕਰਨਾ ਸਾਰੇ ਪ੍ਰੋਗਰਾਮ ਆ ਜਿੰਨੇ ਅਸੀਂ ਇਕੱਠੇ ਹੋ ਕੇ ਲਿਖਦੇ ਹਾਂ ਸਾਡੀ ਬੜੀ ਵੱਡੀ ਸੰਤਾਂ ਦੀ ਇਹ ਇੱਕ ਕਿਸਮ ਦੀ ਸਾਡੇ 'ਤੇ ਕਿਰਪਾ ਸਾਰੇ ਗਰੁੱਪ ਦੇ ਮੈਂ ਸਰ ਜਸਵਿੰਦਰ ਸਿੰਘ ਜੱਸੀ ਦੀ ਇਸ ਗੱਲ ਦੇ ਉੱਤੇ ਸਦਕੇ ਜਾਂਦਾ ਕਿਉਂਕਿ ਨਜ਼ਰ ਵੀ ਸਾਡੇ ਕੋਈ ਪ੍ਰਧਾਨ ਨਹੀਂ ਅਤੇ ਜੇ ਕੋਈ ਪ੍ਰਧਾਨ ਵੀ ਹੋਊਗਾ ਤਾਂ ਪਿੱਛੇ ਬਾਕੀ ਸਾਰਿਆਂ ਨੇ ਕੰਮ ਕਰਨਾ ਔਰ ਸਰਪ੍ਰਸਤ ਔਰ ਬਜ਼ੁਰਗਾਂ ਦੇ ਆਸ਼ੀਰਵਾਦ ਨਾਲ ਇਸ ਕੰਮ ਨੂੰ ਨੇਪਰੇ ਚਾੜ੍ਹਦੇ ਆ ਬਾਬੂ ਜੋਗਿੰਦਰ ਸਿੰਘ ਜੀ ਸਭ ਤੋਂ ਪੁਰਾਣੇ ਔਰ ਮੈਂ ਸਮਝਾਂਗਾ ਕਿ ਸਾਡੇ ਵੱਡੇ ਥਾਂ ਵੀ ਹੈ ਸਾਡੇ ਬਜ਼ੁਰਗ ਵੀ ਹੈ ਔਰ ਇਸ ਗੱਲ ਦੇ ਵਿੱਚ ਕੋਈ ਦੋ ਰਾਵਾਂ ਨੇ ਕਿ ਬਾਬੂ ਜੋਗਿੰਦਰ ਸਿੰਘ ਹੋਰਾਂ ਨੇ ਮੁੱਢ ਕਦੀਮ ਤੋਂ ਆਪਣਾ ਯੋਗਦਾਨ ਜਿਹੜਾ ਉਹ ਕਮਿਊਨਿਟੀ ਦੇ ਵਿੱਚ ਰੱਖਿਆ ਔਰ ਮੈਂ ਬਾਬੂ ਜੀ ਤੁਹਾਡੇ ਕੋਲੋਂ ਇਹ ਜ਼ਰੂਰ ਪੁੱਛਣਾ ਚਾਹਾਂਗਾ ਕਿ ਨਿਊਯਾਰਕ ਦੇ ਵਿੱਚ ਰਿਚਮੰਡ ਹਿੱਲ ਦੇ ਵਿੱਚ ਇਹ ਬਰਸੀ ਜਿਹੜੀ ਸੰਤਾਂ ਦੀ ਕਦੋਂ ਸ਼ੁਰੂ ਹੋਈ ਅਤੇ ਕਿੰਨੇ ਕੁ ਥੋੜ੍ਹੇ ਸਮੇਂ ਦੇ ਵਿੱਚ ਇਹ ਜੋੜ ਮੇਲੇ ਦਾ ਰੂਪ ਧਾਰਨ ਕਰ ਗਈ ਇਹਦੇ ਬਾਰੇ ਜ਼ਰੂਰ ਸਾਨੂੰ ਦੱਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਭ ਤੋਂ ਪਹਿਲਾਂ ਜਸ ਪੰਜਾਬੀ ਦਾ ਧੰਨਵਾਦ ਕਰਨਾ ਸ਼ੁਕਰੀਆ ਅਦਾ ਕਰਨਾ ਜਿਨ੍ਹਾਂ ਨੇ ਸਾਨੂੰ ਅੱਜ ਇੱਥੇ ਬਰਸੀ ਦੇ ਪ੍ਰੋਗਰਾਮ ਬਾਰੇ ਦਰਸਾਉਣ ਵਾਸਤੇ ਟਾਈਮ ਦਿੱਤਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਇਹ ਰਿਆੜ ਸਾਹਿਬ 1950 'ਚ ਸੰਤ ਜੀ ਮਹਾਰਾਜ ਅਕਾਲ ਚਲਾਣਾ ਜਦੋਂ ਕਰ ਗਿਆ ਜੀ ਉਹਨਾਂ ਤੋਂ ਬਾਅਦ 1951 ਤੋਂ ਬਰਸੀ ਮਨਾਉਣੀ ਸ਼ੁਰੂ ਹੋਈ ਜੀ ਇਹ ਬਰਸੀ ਜਿਹੜੀ ਹੈ ਪਹਿਲਾਂ ਝੰਗੀ ਬੜੀ ਵੱਡੀ ਇੱਕ ਝੰਗੀ ਸੀ ਜਿੱਥੇ ਮਨਾਈ ਜਾਂਦੀ ਸੀ ਉਹ ਝੰਗੀ ਨਿੱਕੀ ਮਿਆਣੀ ਡਿਸਟ੍ਰਿਕਟ ਕਪੂਰਥਲਾ ਅਤੇ ਫਤਿਹਗੜ੍ਹ ਸਿੱਕਰੀ ਦੇ ਵਿਚਕਾਰ ਸੀ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਨਹੀਂ ਕਪੂਰਥਲੇ ਜ਼ਿਲ੍ਹੇ ਕਪੂਰਥਲੇ ਜ਼ਿਲ੍ਹੇ 'ਚ ਬੇਗੋਵਾਲ ਤੋਂ ਕੋਈ 4-5 ਕਿਲੋਮੀਟਰ ਦੂਰ ਸੀ ਜੀ ਕੁਛ ਸਾਲ ਤਕਰੀਬਨ 5-7-10 ਸਾਲ ਝੰਗੀ ਰੁੱਖਾਂ ਦੀ ਝਿੜੀ ਹਾਂ ਰੁੱਖਾਂ ਹਾਂਜੀ 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 ਅਤੇ ਉੱਥੇ ਨਾਲ ਇਹ ਜਾਣਿਆ ਜਾਂਦਾ ਸੀ ਕਿ ਅੱਜ ਸੰਤ ਬਾਬਾ ਪ੍ਰੇਮ ਸਿੰਘ ਦਾ ਮੇਲਾ ਜਿਹੜਾ ਉਹ ਝੰਗੀ 'ਚ ਝੰਗੀ ਵਾਲਾ ਮੇਲਾ ਉਹਨੂੰ ਕਿਹਾ ਜਾਂਦਾ ਸੀ ਅਤੇ ਉੱਥੇ ਲੋਕਾਂ ਨੇ ਜਾਣਾ ਫਿਰ ਕੁਝ 10-12 ਸਾਲਾਂ ਤੋਂ ਬਾਅਦ ਇਹ ਜਿੱਥੇ ਸੰਤਾਂ ਦੀ ਸਮਾਧ ਸੀ ਉੱਥੇ ਫਿਰ ਮਤਲਬ ਕਿ ਮੇਲਾ ਲੱਗਣਾ ਸ਼ੁਰੂ ਹੋ ਗਿਆ ਉਹ ਬੇਗੋਵਾਲ ਪ੍ਰੋਪਰ ਇਸ ਸੀ ਨਾਲ ਲੱਗੇ ਸਕੂਲ ਸੀ ਸਕੂਲ ਦੀ ਉੱਥੇ ਸਟੇਜ ਨੂੰ ਮਤਲਬ ਕਿ ਯੂਟੀਲਾਈਜ਼ ਕੀਤਾ ਜਾਂਦਾ ਸੀ ਅਤੇ ਉਸ ਸਟੇਜ ਨੂੰ ਸਾਂਭਣ ਵਾਲੇ ਮੇਰੇ ਫਾਦਰ ਸਾਹਿਬ ਸੀ ਜਿਹੜੇ ਕਿ ਕੰਟੀਨਿਊ 3 ਦਿਨ ਲਗਾਤਾਰ ਮਤਲਬ ਕਿ ਸਟੇਜ ਨੂੰ ਕੰਡਕਟ ਕਰਦੇ ਸੀ ਅਤੇ ਬੜੇ ਵਧੀਆ ਢੰਗ ਨਾਲ ਮਤਲਬ ਕਿ ਉੱਥੇ ਇਹ ਦਿਹਾੜਾ ਮਨਾਇਆ ਜਾਂਦਾ ਹੈ ਪੀੜ੍ਹੀ ਦਰ ਪੀੜ੍ਹੀ ਅੱਗੇ ਹਾਂਜੀ ਹਾਂਜੀ ਅਤੇ ਉਸ ਤੋਂ ਬਾਅਦ ਮਤਲਬ ਕਿ ਅਸੀਂ ਤਕਰੀਬਨ 40 ਸਾਲ ਬਾਅਦ ਜਦੋਂ ਮਤਲਬ ਕਿ ਸਿੱਖ ਕੌਮ ਜੋ ਬੇਗੋਵਾਲ ਦਾ ਏਰੀਆ ਮਕੇਰੀਆਂ ਦਾ ਸਾਰਾ ਮਤਲਬ ਕਿ ਦੁਆਬਾ ਮਾਝਾ ਨਾਲ ਲੱਗਦਾ ਇਹ ਜਦੋਂ ਬਾਹਰ ਜਨਤਾ ਆ ਜਾਂਦੀ ਨਾ ਅੱਜ ਉਹ ਬਰਸੀ ਜਿਹੜੀ ਹੈ ਪੂਰੇ ਹਰ ਕੰਟਰੀ ਦੇ ਹਰ ਸ਼ਹਿਰ 'ਚ ਬੜੇ ਵਧੀਆ ਢੰਗ ਨਾਲ ਮਨਾਈ ਜਾ ਰਹੀ ਹੈ
ते असी भी जदों इत्थे मतलब कि तकरीबन अही 1980 तो इत्थे आ गए हैं। 1980 तो फिर अही गुरु घर संत बाबा सॉरी सिख कल्चर सोसाइटी गुरु घर च इत्थे मतलब कि बरसी नूं मनाउणा। जदों गुरद्वारा साहब अगन भेट भी हो गया फिर भी असी मतलब कि उत्थे बना के कुछ सारयां दे सहयोग नाल मतलब जिते बाबा जी का प्रकाश किया प्रकाश करने तो बाद फिर उत्थे बरसी कुछ साल उत्थे उदा मनाई वे। तो हूँ वाहेगुरु जी कृपा नाल सानू कुछ दिक्कतां गुरु घर आउंदियां हैं ते असी उन्हां दिक्कतां करके मतलब कि जदों नाले जनता संभाली नहीं जाती गुरु। देखो मसला इस गल का कि जिहड़े वेले शुरू की उस वेले एक बंदा सी अज एक दे मुकाबले मैं समझांगा कि 70 ते घट्टो घट हो गए। हां 70 हो गया बहुत बहुत घट मतलब कि बच्चे जवान हो गए इतने समय दे विच ते ओ सिमट नहीं सकदे। हां सिमट नहीं सकदे जी। ओ फिर अज समुक्की पार्क तीजा साल जा रहा कंटिन्यू। पहला साल वाहेगुरु की कृपा नाल सानू बड़ा वधिया लोकां दा सारे सिखां दा सारी हर कम्यूनिटी ने सानू साथ दिता। तो दूजा साल उस तों वधिया वाहेगुरू की कृपा नाल इस वेले तीजा साल ही समुक्की पार्क की बरसी मना जा रहा जिहड़ा कि जोड़ मेले का रूप धारण करके तो सारयां दे सहयोग नाल इस वक्त असी बड़े शाना सौकना सब सिलसिले जिहड़े ने तैयार हो गए ने हर चीज़ तैयार हो गई है। हूँ तो सिर्फ खंडपट साहब करा के महाराज का प्रकाश करके 2 जून उत्थे बड़ी धूमधाम नाल सारयां दे सहयोग नाल ही उत्थे दिन मनाउण जा रहे हैं। सर कुलवीर सिंह जी मैं एक सवाल पूछांगा कि मैं समझांगा कि जेकर बाहरले खर्चियां नूं कम बड़े वड्डे पद्धर दे उत्ते सारे छड्ड दिंदे ने तकरीबन मैं खास तौर दे उत्ते इनवॉल्व हमेशा तुहाडियां गतिविधियां दे नाल रहिणा करके मैनूं इन्ना कु पता कि तुसी जिहड़े अपने बिजनेस जां अपने काम है वह तकरीबन सारयां ने 2-3 वीकां हो गईयां उन्हां तों पासे ही है जां उन्हां तों ध्यान घट है और हुण जदों कुछ दिन रह गए ने ते टोटली माइनस है मनफी है सारे बंदे भई उधर ही ध्यान है कंसंट्रेट पर इन्ना क थोड़ा समा हुंदा एडे वड्डे प्रोग्राम नूं ऑर्गेनाइज़ करन वास्ते और इहदे वास्ते घट्टो घट मैं समझांगा कि जेकर होर नहीं तां फुटकल खर्चियां दे विच $1,00,000 तक दी तां जरूरत पैंदी है ते इह तुसी अजे तक कोई फंड भी इकट्ठा करन नहीं तुरे तुसी अगराही दे रास्ते भी नहीं पए और इह किद्दां तुहाडा इकदम ही मतलब इन्ने दिनां दे विच एडे वड्डे पद्धर दे उत्ते जिहड़ा तुसी अरेंज कर लैंदे आ इहदे पिछे की हकीकत आ। वाहिगुरू जी का खालसा वाहिगुरू जी की फतह। मैं रिहाड़ साहब तुहाडा भी धन्नवाद करदा तुसी संत बाबा प्रेम सिंह नूं 80 तरह उहनां दा पिछोकड़ नूं जाणदे हो तो साड़ी कौम नाल कुछ मसले जिहड़े जुड़े ने उहनां ते भी तुसी नज़र रखदे हो जी और साडे कुछ भी साडे कुछ रिश्तेदारियां भी तुहाडे नाल ने। ते असी एक संत जो संत बाबा प्रेम सिंह ने उहनां नूं असी एक सूरज दी तरह देखदे हां। क्या बात सूरज दी तरह असीं देखदे हां। सूरज किसे नाल नफरत नहीं करदा रोशनी देण लगा सूरज बेशर्त है कि असी अपना पर्दा कर लीए असी कोई पर्दा कर लीए तो सूरज ने रोशनी नहीं देनी लेकिन उस रोशनी दे रहा है। मतलब ये गल सच है भी झूठ दे बदल सच दे सूरज नूं छिण भर ले ढक तां सकदे ने पर अलोप नहीं कर सकदे। अलोप नहीं कर सकदे अलोप नहीं कर सकदे साडे नाल इदां ही होया कदी तां साडे नाल किसी सैकटरी तों लड़ाई हो जाणी कदी साडे नाल किसी भई टाइम देखो तुसीं एक एडा वड्डा कट है ਉਹਦੇ ਵਿੱਚ ਇੱਕ ਸੈਕਟਰੀ ਤੁਸੀਂ ਕਹੋ ਵੀ ਤੁਸੀਂ ਸਿਰਫ ਲਿਮਿਟ 2 ਘੰਟੇ ਬੋਲੇ 2 ਘੰਟੇ ਹੀ ਬੰਦੇ ਬੋਲ ਸਕਣਗੇ ਅਤੇ ਨਹੀਂ ਨਾ ਪੂਰਾ ਹੋ ਸਕਦਾ। ਅਕਸਰ ਸਾਰਿਆਂ ਨੇ ਹੀ ਸੰਤਾਂ ਦੀ ਬਰਸੀ 'ਤੇ ਆਉਣਾ ਹੈ ਸਾਰਿਆਂ ਦਾ ਮਨ ਕਰਦਾ ਹੈ ਅਸੀਂ ਕੁਛ ਬੋਲੀਏ ਬੋਲਣ ਲਈ ਜੇ ਉਸ ਟਾਈਮ ਦੀ ਲਿਮਿਟ ਕਰ ਦਿੱਤੀ ਜਾਵੇ ਪਾਬੰਦੀ ਲਾ ਦਿੱਤੀ ਜਾਵੇ ਉਹ ਤਾਂ ਫਿਰ ਬਰਸੀ ਨਾ ਨਾ ਹੋਈ। ਸਾਡਾ ਅਸੀਂ ਮਨ ਬਣਾਇਆ ਢਿੱਲੋਂ ਮਿਲ ਕੇ ਇਨਸਾਨਾਂ ਨਾਲ ਅਸੀਂ ਬੈਠ ਸਿਆਣਿਆਂ ਨੂੰ ਲੈ ਕੇ ਬੱਚਿਆਂ ਤੱਕ ਦੇ ਮਨ 'ਚ ਹੁੰਦਾ ਕਿ ਅਸੀਂ ਭਗੂੜਾ ਵੀ ਝੂਠ ਭਗੂੜਾ ਵੀ ਝੂਠਣਾ ਭਾਵਨਾਵਾਂ ਭਾਵਨਾਵਾਂ ਉਹਨਾਂ ਦੀ ਭਾਵਨਾ ਨੂੰ ਅਸੀਂ ਦੂਰ ਨਹੀਂ ਸੀ ਕਰ ਰਹੇ ਅੰਦਾਜ਼ ਉਹਨਾਂ ਨੂੰ ਨਜ਼ਰ ਅੰਦਾਜ਼ ਨਹੀਂ ਸੀ ਕਰ ਸਕਦੇ। ਅਸੀਂ ਇੱਕ ਮਨ ਬਣਾਇਆ ਇਹ ਰਿਹਾੜ ਸਾਹਿਬ ਜਿਹੜੀ ਤੁਸੀਂ ਪੈਸੇ ਦੀ ਗੱਲ ਕੀਤੀ ਤੁਸੀਂ ਸੱਚ ਜਾਣਿਓ ਸੰਤ ਬਾਬਾ ਪ੍ਰੇਮ ਸਿੰਘ ਦੀ ਇੰਨੀ ਕਿਰਪਾ ਹੈ ਕਿ ਅਸੀਂ ਕਦੀ ਵੀ ਗਰਾਈ ਦਾ ਕਿਸੇ ਨੂੰ ਨਹੀਂ ਕਹਿੰਦੇ। ਸਾਡੇ ਇਹੋ ਜਿਹੇ ਬੰਦੇ ਨੇ ਸਾਡੇ ਕੋਲ ਇੱਦਾਂ ਦੇ ਬੰਦੇ ਨੇ ਜਿਹੜੇ ਤੁਹਾਡੇ ਸਾਹਮਣੇ ਵੀ ਬੈਠੇ ਨੇ ਕੁਝ ਸਾਡੇ ਸਰਪ੍ਰਸਤ ਹੋਰ ਵੀ ਨੇ ਉਹ ਕਹਿੰਦੇ ਨੇ ਤੁਸੀਂ ਇਕੱਠੇ ਕਰ ਲਓ ਬਾਕੀ ਜਿੰਨੇ ਤੁਰਨਗੇ ਅਸੀਂ ਬੈਠੇ ਹਾਂ ਆਹੀ ਬੈਠੇ
ਔਰ ਸਾਡਾ ਵੱਧ ਜਾਂਦਾ, ਸਾਡਾ ਪੈਸਾ ਜਿਹੜਾ ਵੱਧ ਜਾਂਦਾ ਸਾਡਾ। ਹੁਣ ਤੁਸੀਂ ਦੇਖੋ ਪੰਘੂੜਿਆਂ ਦਾ $25,000-26,000 ਦਾ ਖਰਚਾ, ਰਾਗੀ ਵੀ ਅਸੀਂ ਕਿਸੇ ਨੂੰ ਘੱਟ ਨਹੀਂ ਦਿੰਦੇ ਕਿਉਂਕਿ ਖੁਸ਼ ਆਉਂਦੇ ਨੇ ਸਾਰੇ ਲੋਕ, ਗੁਰੂ ਸੰਤ ਬਾਬਾ ਪ੍ਰੇਮ ਸਿੰਘ ਦੇ ਦਰਸ਼ਨ ਕਰਨ ਆਉਂਦੇ ਨੇ। ਔਰ ਅਸੀਂ ਸੰਤਾਂ ਦੇ ਵਿੱਚੋਂ, ਸੰਤਾਂ ਦੀ ਆਤਮਾ ਦੇ ਵਿੱਚੋਂ ਅਸੀਂ ਮੱਖਣ ਸ਼ਾਹ ਲਵਾਣਾ ਦੇਖਦੇ ਹਾਂ, ਸੰਤਾਂ ਦੀ ਆਤਮਾ ਦੇ ਵਿੱਚੋਂ ਅਸੀਂ ਲੱਖੀ ਸ਼ਾਹ ਲਵਾਣਾ ਦੇਖਦੇ ਹਾਂ, ਸੰਤਾਂ ਦੀ ਆਤਮਾ ਵਿੱਚੋਂ ਅਸੀਂ ਮਨੀ ਸਿੰਘ ਦੇਖਦੇ, ਮਨੀ ਸਿੰਘ ਦੇ ਜਿਹਨਾਂ ਟੋਟੇ ਟੋਟੇ। ਔਰ ਜਦੋਂ ਸੰਤਾਂ ਦੇ ਪਰੋਪਕਾਰਾਂ ਨੂੰ ਅਸੀਂ ਦੇਖਦੇ ਹਾਂ, ਪਰੋਪਕਾਰਾਂ ਨੂੰ ਅਸੀਂ ਦੇਖਦੇ ਹਾਂ, ਤਾਂ ਸਾਨੂੰ ਉਹ ਯਾਦ ਆ ਜਾਂਦੇ ਕਿ ਵਾਕਈ ਮੱਖਣ ਸ਼ਾਹ ਨੇ ਮੋਹਰਾਂ ਸੌਖੀਆਂ ਹੋਣਗੀਆਂ ਅਤੇ ਉਹਨੂੰ ਗੁਰੂ ਨੂੰ ਪ੍ਰਗਟ ਕੀਤਾ ਹੋਇਆ, ਵਾਕਿਆ ਲੱਖੀ ਸ਼ਾਹ ਨੇ ਮਨਜ਼ਾਰੇ ਨੇ ਧੜ ਨੂੰ ਗੁਰੂ ਤੇਗ ਬਹਾਦਰ ਨੂੰ ਸੰਸਕਾਰ ਕੀਤਾ ਹੋਵੇਗਾ, ਵਾਕਿਆ ਮਨੀ ਸਿੰਘ ਨੇ ਆਪਣੇ ਸਾਰੇ ਭਰਾਵਾਂ ਦੇ, ਆਪਣੇ ਪੁੱਤਰਾਂ ਦੇ ਟੋਟੇ ਟੋਟੇ ਕਰਾਏ ਹੋਣਗੇ। ਸੰਤ ਬਾਬਾ ਪ੍ਰੇਮ ਸਿੰਘ ਜੀ ਨੇ ਗੁਰੂ ਮਹਾਰਾਜ ਦਾ ਨਾਂ ਲੈ ਕੇ ਸਾਨੂੰ ਸ਼ੋਅ ਕਰ ਦਿੱਤਾ। ਮੈਂ ਇੱਕ ਗੱਲ ਤੁਹਾਨੂੰ ਕਹਿਣੀ ਚਾਹੁੰਦਾ ਕਿ ਅਸੀਂ ਜਦੋਂ ਉਹਨਾਂ ਨੇ ਬੈਕਵਰਡ ਕੀਤਾ, ਕੌਮ ਨੂੰ ਬੈਕਵਰਡ ਕੀਤਾ, ਅਤੇ ਸਾਡੇ ਜਿਹੜੇ ਸਾਡੇ ਵੱਡੇ ਵਡੇਰੇ ਸੀ, ਜਦੋਂ ਚਾਚਾ ਜੀ ਨੇ ਇਹਨਾਂ ਦੇ ਵੱਡੇ ਜਿਹੜੇ ਸੀ, ਉਹ ਕਹਿੰਦੇ ਸੰਤਾਂ ਨੇ ਸਾਨੂੰ ਬੈਕਵਰਡ ਕਰਤਾ, ਮਾਈਂਡ ਜਿਹੜੀ ਬਹੀ ਹੈ ਨਾ, ਇਹ ਬਹੀ ਉਹ ਆ, ਦੇਖੋ ਉਹਨਾਂ ਦੀ ਕਿੰਨੀ ਸੋਚ ਸੀ, ਜਿਹੜੀ ਬਈ ਉਹ ਆ ਜਿੱਥੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਟੁੱਬੀ ਲਾ ਕੇ ਬਾਣੀ ਲੈ ਕੇ ਆਉਂਦੀ। ਹਾਂਜੀ, ਦਸੂਏ ਤੋਂ ਚੱਲ ਕੇ ਕਿੱਥੇ ਲੋਹੀਆਂ ਤੱਕ ਜਾ ਕੇ ਅੱਗੇ ਵੀ ਜਾ ਕੇ ਜਾਂਦੀ ਹੈ, ਪਰ ਨਾਲ ਬਿਆਸਾ ਦਰਿਆ ਵੀ ਪੈਂਦਾ ਹੈ। ਇਹ ਬਈ ਉਹ ਆ ਜਿੱਥੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਪਾਣੀ ਪਹਿਲੀ ਤੁੱਕ ਰਚੀ ਹੈ ਇਹ ਬਾਣੀ 'ਚ। ਔਰ ਇਹਨਾਂ ਸੰਤਾਂ ਦੀ ਸੋਚ ਦੇਖੋ, ਸਾਰੀ ਸਾਡੀ ਕੌਮ ਲਵਾਣਾ ਕੌਮ ਜਿਹੜੀ ਆ ਇਹ ਬਈ ਦੇ ਆਲ ਦੁਆਲੇ ਆ, ਕੋਈ ਆਰ ਆ ਕੋਈ ਪਾਰ ਆ, ਸਾਰੀ ਕੌਮ ਉੱਥੇ ਇਰਦ ਗਿਰਦ ਹੀ ਬਈ ਦੇ ਘੁੰਮੀਆਂ। ਉਹ ਕਿੰਨੀ ਪਵਿੱਤਰ ਚੀਜ਼ ਆ ਇਹ ਬਈ। ਢਿੱਲੋਂ ਸਾਹਿਬ, ਉਹ ਵਣਜ਼ਾਰਾ ਦੀ ਜਦੋਂ ਵਣਜ਼ਾਰਾ ਸ਼ਬਦ ਆ ਜਾਂਦਾ ਤਾਂ ਮੈਂ ਸਮਝਾਂਗਾ ਕਿ ਉਹ ਲੱਖੀ ਸ਼ਾਹ ਵਣਜ਼ਾਰੇ ਤੱਕ ਹੀ ਆ ਕੇ ਨਹੀਂ ਸਿਮਟਦਾ। ਜਿਵੇਂ ਬਾਹੂ ਜੀ ਹੁਣਾਂ ਨੇ ਦੱਸਿਆ ਕਿ ਉਸ ਬਰਸੀ 'ਤੇ ਸਾਡੇ ਪਿਤਾ ਜੀ ਜਿਹੜੇ ਸੀ ਉਸ ਸਟੇਜ ਦੇ ਉੱਤੇ ਤਿੰਨ ਤਿੰਨ ਦਿਨ ਬੋਲਦੇ ਸੀ, ਪੀੜ੍ਹੀ ਦਰ ਪੀੜ੍ਹੀ ਜਿਹੜਾ ਉਹ ਅੱਗੇ ਚੱਲਦਾ ਆਉਂਦਾ। ਅੱਜ ਜਦੋਂ ਇਤਿਹਾਸ ਦੇ ਵਰਕੇ ਬੋਲਦੇ ਹਾਂ ਤਾਂ ਮੈਂ ਇੱਕ ਗੱਲ ਜ਼ਰੂਰ ਸਮਝਾਂਗਾ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਪਟਨਾ ਸਾਹਿਬ ਵਾਲੇ ਪਾਸੇ ਨੂੰ ਜਦੋਂ ਸਿੱਖ ਕੌਮ, ਜਦੋਂ ਲੜਾਈਆਂ ਵੀ ਉੱਥੇ ਹੋਈਆਂ, ਤਾਂ ਮੈਂ ਇਹ ਗੱਲ ਜ਼ਰੂਰ ਕਹਾਂਗਾ ਕਿ ਅੱਜ ਵੀ ਉੱਥੇ ਬਹੁਤਾਤ ਦੇ ਵਿੱਚ ਵਣਜ਼ਾਰਾ ਕੌਮ ਹੈ। ਜਦੋਂ ਅਸੀਂ ਕਹਿੰਦੇ ਹਾਂ ਕਿ ਅਸੀਂ ਨਵੇਂ ਸਿੱਖ ਬਣਾਉਣ ਨਾਲ, ਉਹ ਆਪਣੇ ਉਹਨਾਂ ਸਿੱਖਾਂ ਨੂੰ ਹੀ ਸਾਂਭ ਲਈਏ, ਲੱਖਾਂ ਦੀ ਗਿਣਤੀ ਦੇ ਵਿੱਚ ਹੈ। ਔਰ ਇਹ ਲੋਕਾਂ ਨੂੰ ਅੱਜ ਇਹ ਨਹੀਂ ਦੱਸਿਆ ਜਾ ਰਿਹਾ ਕਿ ਉਹ ਕਿਵੇਂ ਉੱਥੇ ਗਏ। ਮੈਂ ਇਹ ਜ਼ਰੂਰ ਸਮਝਾਂਗਾ ਕਿ ਲੋਕਾਂ ਨੂੰ ਦੱਸਣਾ ਚਾਹੀਦਾ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਜੰਗ ਕਰਦੇ ਸਨ ਤਾਂ ਉਹ ਗੁਰੂ ਗੋਬਿੰਦ ਸਿੰਘ ਜੀ ਦੀ ਮਦਦ ਵਾਸਤੇ ਬਕਾਇਦਾ ਤੌਰ ਦੇ ਉੱਤੇ ਉੱਥੇ ਹਥਿਆਰ ਬਣਾ ਕੇ ਉਹਨਾਂ ਦਿੰਦੇ ਸੀ ਔਰ ਉੱਥੇ ਦੇ ਉੱਥੇ ਹੀ ਰਹਿ ਗਏ, ਉੱਥੇ ਵਸ ਗਏ। ਕਿੱਡਾ ਵੱਡਾ ਯੋਗਦਾਨ, ਇਹਦੇ ਬਾਰੇ ਜ਼ਿਕਰ ਜ਼ਰੂਰ। ਬਹੁਤ ਵੱਡਾ ਯੋਗਦਾਨ ਆ ਰਿਆੜ ਸਾਹਿਬ ਜਿਹੜਾ ਵਣਜ਼ਾਰਿਆਂ ਦਾ ਉੱਥੇ, ਜਿਹੜਾ ਨੰਦੇੜ ਦੇ ਲਾਗੇ ਛਾਗੇ ਮਤਲਬ ਏਰੀਆ, ਉੱਥੇ ਲੱਖਾਂ ਦੇ ਹਿਸਾਬ ਨਾਲ ਸਾਡੇ ਜਿਹੜੇ ਸਿੱਖ ਆ ਉਹ ਰਹਿੰਦੇ ਆ। ਪਰ ਮੈਂ ਅੱਜ ਸਮਝਦਾ ਵੀ ਜਿਹੜੀ ਉਹਨਾਂ ਦੀ ਹਾਲਤ ਹੈ ਨਾ, ਉਹ ਕਈ ਵਾਰ ਤੁਸੀਂ ਵਟਸਐਪ 'ਤੇ ਮੈਸੇਜ ਦੇਖੇ ਆ ਵੀ ਉਹਨਾਂ ਦੀ ਹਾਲਤ ਬਹੁਤ ਬੈਡ ਆ ਇਸ ਵੇਲੇ। ਉਹ ਕੁਦਰਤੀ ਰੱਬ ਵੱਲੋਂ ਮਤਲਬ ਜਿਹੜਾ ਉਹ ਪੈਸੇ ਵੱਲੋਂ ਬਹੁਤ ਜ਼ਿਆਦਾ ਕਮਜ਼ੋਰ ਆ। ਜਿਹੜਾ ਇਸ ਵੇਲੇ ਸਭ ਤੋਂ ਵੱਡੀ ਜ਼ਰੂਰਤ ਆ ਸਾਨੂੰ ਬਾਹਰਲੇ ਸਿੱਖਾਂ ਨੂੰ, ਅਸੀਂ ਸਾਰੇ ਜਣੇ ਜਿੰਨੇ ਬਾਹਰ ਆਏ ਹਾਂ, ਇੰਗਲੈਂਡ, ਕਨੇਡਾ, ਅਮਰੀਕਾ, ਜਰਮਨ, ਫਰਾਂਸ, ਇਟਲੀ, ਇਹਨਾਂ ਯੂਰਪ ਕੰਟਰੀਆਂ ਦੇ ਵਿੱਚ, ਜਾਂ ਅਸੀਂ ਅਮਰੀਕਾ ਇੱਧਰਲੀ ਸਾਈਡ ਲੈ ਲਈਏ, ਇਹਨਾਂ ਤਿੰਨਾਂ ਚੌਂ ਕੰਟਰੀਆਂ ਦੇ ਵਿੱਚ ਸਾਰੇ ਸਿੱਖਾਂ ਦੇ ਚੜ੍ਹਦੀ ਕਲਾ ਵਾਲੇ ਕੰਮ ਆ ਸਾਡੇ, ਅਤੇ ਬਹੁਤ ਵੱਡੇ ਬਿਜ਼ਨਸਮੈਨਾਂ ਦੇ ਵਿੱਚ ਅਸੀਂ ਸਾਰੇ ਪੰਜਾਬੀ ਆਉਂਦੇ ਹਾਂ। ਸਾਨੂੰ ਰਲ ਮਿਲ ਕੇ ਉਹਨਾਂ ਦੀ ਉੱਥੇ ਅਤੇ ਪੰਜਾਬ ਦੇ ਵਿੱਚ ਲੋਕਾਂ ਦੀ ਮਦਦ ਕਰਨੀ ਚਾਹੀਦੀ ਆ, ਤਾਂ ਕਿ ਅਸੀਂ ਜਿਸ ਤਰ੍ਹਾਂ ਮੈਂ ਸਮਝਦਾ ਬਈ ਅੱਜ ਵਿਸ਼ਾ ਤਾਂ ਨਹੀਂ ਇਹ, ਆਪਾਂ ਫਿਰ ਕਿਸੇ ਦਿਨ ਪਿੱਛੇ 'ਤੇ ਆਵਾਂਗੇ, ਅੱਜ ਅਸੀਂ ਬਰਸੀ ਬਾਰੇ। ਪਰ ਮੈਂ ਜ਼ਰੂਰ ਕਹਾਂਗਾ ਕਿ ਇਹ ਗੱਲ ਜਿਹੜੀ ਆ ਸ਼ਾਇਦ ਬਰਸੀ ਦੇ ਵਿੱਚ ਲੋਕਾਂ ਨੂੰ ਅਪੀਲ ਔਰ ਲੋਕਾਂ ਨੂੰ ਜਾਣਕਾਰੀ ਦੇ ਵਿੱਚ ਜ਼ਰੂਰ ਸ਼ਾਮਿਲ ਕੀਤੀ ਜਾਵੇ ਕਿ ਉਹ ਜਿਹੜੇ ਵਣਜ਼ਾਰੇ ਸਿੱਖ ਨੇ ਉੱਥੇ,
ਉਹਨਾਂ ਦਾ ਜੰਮਦਾ ਬੱਚਾ ਵੀ ਜਿਹੜਾ ਹੈ ਉਸ ਦਾ ਇੱਕ ਵੀ ਕੇਸ ਜਿਹੜਾ ਹੈ ਉਸ ਨੂੰ ਕਤਲ ਨਹੀਂ ਕੀਤਾ ਜਾਂਦਾ, ਭਾਵੇਂ ਕਿ ਗਰੀਬੀ ਅਤੇ ਗੁਰਬਤ ਇੰਨੀ ਹੈ ਕਿ ਉਹਨਾਂ ਨੂੰ ਦਸਤਾਰ ਨਹੀਂ ਮਿਲਦੀ ਸਿਰ ਦੇ ਉੱਤੇ ਸਜਾਉਣ ਵਾਸਤੇ। ਯਾਰ ਸਾਹਿਬ ਮੈਂ ਉਹੀ ਗੱਲ ਕਰਨ ਲੱਗਾ ਵੀ ਜਿਹੜੀ ਸਿੱਖ ਕੌਮ ਸਾਡੀ, ਮੈਂ ਤਾਂ ਹੀ ਬਿਜ਼ਨਸ ਕਮਿਊਨਿਟੀ ਵੱਲ ਮਤਲਬ ਇਹ ਗੱਲ ਹੋ ਰਹੀ ਆ ਵੀ ਜੇਕਰ ਅਸੀਂ ਆਪਣੇ ਬੱਚੇ ਉੱਥੇ ਵਿਆਹੀਏ ਜਾਂ ਅਸੀਂ ਉਹਨਾਂ ਦਾ ਇੱਕ ਇੱਕ ਬੱਚਾ ਅਡੋਪਟ ਕਰੀਏ, ਇੱਕ ਇੱਕ ਨੂੰ ਪੜ੍ਹਾਈ $10 ਵੀ $15-20 ਡਾਲਰ ਵੀ ਭੇਜੀਏ ਤਾਂ ਅਸੀਂ ਉਹਨਾਂ ਬੱਚਿਆਂ ਨੂੰ ਪੰਜਾਬ ਦੇ ਅਤੇ ਉਹਨਾਂ ਸਾਰੇ ਬੱਚਿਆਂ ਨੂੰ ਅੱਗੇ ਤੋਰ ਸਕਦੇ ਹਾਂ, ਤਾਂ ਕਿ ਉਹ ਜਿਹੜਾ ਸਾਡੇ ਨਾਲ ਮੋਢਾ ਮੋਢਾ ਉਹ ਵੀ ਕਹਿ ਸਕਣ ਵੀ ਸਾਡੇ ਸਿੱਖ ਭਰਾ ਬਾਹਰ ਗਏ ਆ ਜਿਹੜੀ ਸਾਡੀ ਮਦਦ ਕਰਦੇ ਆ। ਬਹੁਤ ਪੰਜਾਬੀ ਜਿਹੜੇ ਆ ਉਹ ਸਾਡੇ ਪੰਜਾਬ ਦੇ ਵਿੱਚ, ਪਰ ਇਸ ਵੇਲੇ ਮੇਨ ਜਿਹੜੀ ਪੰਜਾਬ ਤੋਂ ਮਤਲਬ ਹਟ ਕੇ ਮੈਂ ਗੱਲ ਕਰਦਾ ਵੀ ਜਿਹੜਾ ਉੱਧਰ ਮਹਾਰਾਸ਼ਟਰ ਦੇ ਵਿੱਚ ਜਾਂ ਉਹਦੇ ਲੱਗਦੇ ਇਲਾਕੇ ਦੇ ਵਿੱਚ ਜਿਹੜੇ ਲੋਕ ਉੱਥੇ ਸਾਡੇ ਵਣਜਾਰੇ ਭਰਾ ਰਹਿੰਦੇ ਆ, ਸਾਨੂੰ ਉਹਨਾਂ ਦੀ ਖੁੱਲ੍ਹ ਕੇ ਦਿਲ ਖੋਲ੍ਹ ਕੇ ਮਦਦ, ਅਸੀਂ ਇਸ ਗੱਲ ਦੀ ਵਿਚਾਰ ਜਿਹੜੀ ਆ ਉਹ ਜਿੱਦਣ ਫੰਕਸ਼ਨ 2 ਜੂਨ ਨੂੰ ਸੰਡੇ ਜਿਹੜਾ ਆਉਣ ਵਾਲਾ ਫੰਕਸ਼ਨ ਹੈ ਸੰਤ ਬਾਬਾ ਪ੍ਰੇਮ ਸਿੰਘ ਮਰਾਲੇ ਵਾਲਿਆਂ ਦੀ ਜਿਹੜੀ ਬਰਸੀ ਆ ਉੱਦਣ ਵੀ ਅਸੀਂ ਰੱਖਾਂਗੇ। ਪਰ ਸਭ ਤੋਂ ਵੱਡੀ ਗੱਲ ਆ ਵੀ ਜਿਹੜਾ ਇੱਥੇ ਅਸੀਂ $1,00,000 $1,00,000 ਤੋਂ ਉੱਪਰ ਖਰਚਾ ਕਰਦੇ ਉਸ ਨੂੰ ਅਸੀਂ ਜਾਇਜ਼ ਨਹੀਂ ਜਾਣ ਦਿੰਦੇ। ਉਹ ਅਸੀਂ ਇਸ ਏਰੀਏ ਦੀ ਸੰਗਤ ਨੂੰ ਮਤਲਬ ਜਿਹੜੀ ਆ ਸਾਰੀ ਜਿਹੜੀ ਨੌਨ ਸਿੱਖ ਆ ਉਹਨਾਂ ਨੂੰ ਵੀ ਅਸੀਂ ਇਸ ਗੱਲ ਦਾ ਮਤਲਬ ਗੁਰਬਾਣੀ ਦੇ ਨਾਲ ਬਹੁਤ ਜ਼ਿਆਦਾ ਲੋਕ ਇਕੱਠੇ ਹੋ ਕੇ ਅਸੀਂ ਉਹਨਾਂ ਨੂੰ ਇਹ ਦੱਸਦੇ ਹਾਂ ਸਾਡਾ ਧਰਮ ਆ, ਉਹ ਸਮਝਦੇ ਆ ਵੀ ਇਹ ਧਰਮ ਬਹੁਤ ਚੰਗਾ ਉਹਨਾਂ ਨੂੰ। ਨਹੀਂ ਜੀ, ਜੇ ਵਿਰਾਸਤ ਭੁੱਲ ਜਾਵਾਂਗੇ, ਪ੍ਰੋਗਰਾਮ ਨਾ ਕਰਵਾਵਾਂਗੇ, ਵਿਰਾਸਤ ਭੁੱਲ ਜਾਵਾਂਗੇ ਤਾਂ ਸਾਡੇ ਪੱਲੇ ਕੀ ਬਚਣਾ, ਕਿਉਂਕਿ ਇਹ ਤਾਂ ਇਤਿਹਾਸਕ ਮਨਾਰ ਹੈ, ਇੱਕ ਯਾਦਗਾਰ। ਬਿਲਕੁਲ ਰਿਆੜ ਸਾਹਿਬ, ਮੈਂ ਇਹਨਾਂ ਲੋਕਾਂ ਦੀ ਗੱਲ ਕਰਦਾ ਜਿਹੜੇ ਇੱਥੋਂ ਦੇ ਅਮਰੀਕਨ ਲੋਕ ਆ, ਉਹ ਕਈ ਵਾਰਾਂ ਤੁਸੀਂ ਦੁਕਾਨ ਤੋਂ ਤੁਸੀਂ ਕੋਈ ਸਮਾਨ ਲੈਣ ਜਾਓ ਹੈ ਨਾ, ਅਤੇ ਉੱਥੇ ਉਹ ਸਮਾਨ ਕਈ ਵਾਰਾਂ 199 ਦਾ ਲੱਗਾ ਹੋਵੇ ਤਾਂ ਉਹ ਫੈਨੀ ਨੂੰ ਉਡੀਕਦੇ ਉੱਤੇ ਵੀ ਫੈਨੀ ਮੇਰੀ ਵਾਪਸ ਕਰੂਗਾ ਅਤੇ ਮੈਂ ਤਾਂ ਇੱਥੋਂ ਜਾਣਾ। ਅਤੇ ਉਹ ਜਦੋਂ ਅਸੀਂ ਉੱਥੇ ਸਭ ਕੁਛ ਫਰੀ ਦਿੰਦੇ ਹਾਂ ਉਹਨਾਂ ਲੋਕਾਂ ਨੂੰ, ਜਦੋਂ ਦੇਖਦੇ ਹਾਂ ਵੀ ਇਹ ਪਿਛਲੇ 3 ਵਰਸੀਆਂ ਜਿੱਦਾਂ ਦੱਸਿਆ ਤੁਸੀਂ, ਕੋਈ ਹਦਵਾਣਾ ਦੇਖਿਆ ਮੋਢੇ 'ਤੇ ਰੱਖੀ ਜਾਂਦਾ 10 ਕਿਲੋ ਦਾ, ਕੋਈ ਦੁੱਧ ਹੀ ਕਹਿਣ ਲਈ ਜਾਂਦਾ ਵਾ, ਕੋਈ ਕੁਲਚੇ ਪਾ ਕੇ ਲਈ ਜਾਂਦਾ ਵਾ, ਕੋਈ ਛੱਲੀਆਂ ਲਈ ਜਾਂਦਾ ਵਾ, ਕੋਈ ਪਾਣੀ ਦੀਆਂ 10 ਬੋਤਲਾਂ ਚੱਕੀ ਜਾਂਦਾ, ਕੋਈ ਜੂਸ ਚੱਕੀ ਜਾਂਦਾ। ਇਹ ਸਾਡੀ ਕਮਿਊਨਿਟੀ 'ਚ ਸਭ ਤੋਂ ਵੱਡਾ ਜਿਹੜਾ ਜਾਗ ਅਸੀਂ ਪਾਰਕ ਦੇ ਵਿੱਚ ਲਾਇਆ ਹੋਇਆ, ਇਹ ਸਾਨੂੰ ਲੋਕ ਜਾਣਦੇ ਆ ਪੰਜਾਬੀ ਬਹੁਤ ਚੰਗੇ ਆ, ਔਰ ਸਾਨੂੰ ਇਹਦਾ ਜਿਹੜਾ ਪੁੰਨ ਅਤੇ ਲੋਕਾਂ ਦੇ ਵਿੱਚ ਇਜਤਮਾਨ ਜਿਹੜਾ ਜਨ ਦਸਤਾਰ ਵਾਲਾ, ਹੁਣ ਅੱਜ ਕੱਲ੍ਹ ਰਿਚਮਿੰਡ ਵਿਲ ਦੇ ਵਿੱਚ ਕੋਈ ਬੰਦਾ ਦਸਤਾਰ ਨਾਲ ਤੁਰੇ ਤਾਂ ਉਹਨੂੰ ਮਾਣ ਮਹਿਸੂਸ ਹੁੰਦਾ, ਉੱਥੋਂ ਦੇ ਲੋਕ ਇਹ ਕਹਿੰਦੇ ਆ ਵੀ ਇਹ ਸਿੱਖ ਤੁਰੇ ਜਾਂਦੇ ਆ, ਬਹੁਤ ਵੱਡੇ ਦਾਨੀ ਆ, ਇਹ ਬਹੁਤ ਪਰਉਪਕਾਰੀ ਆ, ਮਤਲਬ ਸਭ ਕੁਛ ਮਤਲਬ ਕੰਮ ਕਰਦੇ ਆ। ਅਤੇ ਸਾਡੀ ਕੌਮ ਨੂੰ ਤਾਂ ਮਾਣ ਦੀ ਗੱਲ ਆ, ਜਿਹੜੀ ਮਾਣ ਮਿਲਿਆ ਸਾਨੂੰ ਗੁਰਬਾਣੀ ਦਾ ਅਤੇ ਇਹਨਾਂ ਸੰਤਾਂ ਕਰਕੇ। ਬਿਲਕੁਲ ਬਾਬੂ ਜੀ, ਮੈਂ ਤੁਹਾਡੇ ਕੋਲੋਂ ਥੋੜ੍ਹੀ ਜਿਹੀ ਰੂਪ ਰੇਖਾ ਜ਼ਰੂਰ ਜਾਣਨੀ ਚਾਹਾਂਗਾ ਕਿ 2 ਜੂਨ ਨੂੰ ਸਭ ਤੋਂ ਪਹਿਲਾਂ ਜਿਹੜਾ ਹੈ ਉਹ ਕਿਹੜੇ ਗੁਰੂ ਘਰ ਤੋਂ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਜਿਹੜਾ ਉਹ ਲਿਆ ਕੇ ਕਿਸ ਕਿਸ ਢੰਗ ਦੇ ਨਾਲ, ਕਿਉਂਕਿ ਸਟੈਪ ਵਾਈਜ਼ ਪ੍ਰੋਗਰਾਮ ਪਤਾ ਕਿੰਨੇ ਵਜੇ ਜਿਹੜੇ ਸਮਾਗਮ ਹੈ ਉਹ ਸਮੋਕੀ ਪਾਰਕ ਸ਼ੁਰੂ ਹੋਣਗੇ, ਥੋੜ੍ਹਾ ਉਹਦੇ ਬਾਰੇ ਜਾਣਕਾਰੀ ਜ਼ਰੂਰ। ਸ਼ੁੱਕਰਵਾਰ ਨੂੰ ਅਸੀਂ ਸੰਤ ਬਾਬਾ ਰੋਸ਼ਨ ਸਿੰਘ ਗੁਰੂ ਘਰ ਜੋ ਕਿ ਐਕਸਪ੍ਰੈਸ ਹੈ ਉੱਥੇ ਅਸੀਂ ਖੰਡ ਪਾਠ ਸਾਹਿਬ ਸ਼ੁਰੂ ਕਰਾਉਣਾ। ਉਹਦਾ ਐਤਵਾਰ ਭੋਗ ਪਏਗਾ, ਭੋਗ ਪਵਾ ਕੇ ਅਸੀਂ ਫਿਰ ਉਸ ਤੋਂ ਬਾਅਦ ਬਾਬੇ ਦੀ ਬੀੜ ਸਾਹਿਬ ਜਿਹੜੀ ਹੈ ਮਹਾਰਾਜਾ ਦਾ ਪ੍ਰਕਾਸ਼ ਸਮੁੱਕੀ ਪਾਰਕ 'ਚ ਉੱਥੇ ਕਰਾਂਗੇ। ਤਕਰੀਬਨ 10 ਵਜੇ ਨਾਲ ਸ਼ੁਰੂ ਹੋ ਜਾਂਦਾ, ਠੀਕ ਹੈ, ਅਤੇ ਉਸ ਤੋਂ ਬਾਅਦ ਫਿਰ ਪ੍ਰਕਾਸ਼ ਕਰਕੇ ਫਿਰ ਮਤਲਬ ਸਾਰਾ ਪ੍ਰੋਗਰਾਮ ਜਿਹੜਾ ਸਟੇਜ ਸੈਕਟਰੀ ਜਿਹੜਾ ਉਹ ਅਨਾਊਂਸ ਕਰੇਗਾ, ਅਤੇ ਜਿਹੜਾ ਪਹਿਲਾ ਜਥਾ ਹੋਏਗਾ ਕੀਰਤਨੀਆਂ ਜਥਾ ਉਹਨੂੰ ਟਾਈਮ ਦਿੱਤਾ ਜਾਏਗਾ, ਅਤੇ ਫਿਰ ਮਤਲਬ ਕਿ ਵਾਹਿਗੁਰੂ ਦੀ ਕਿਰਪਾ ਨਾਲ ਸਾਰੇ ਸਟਾਫ ਜੋ ਵੀ ਹੋਣਗੇ ਸਭ ਚਾਲੂ ਹੋ ਜਾਣਗੇ ਅਤੇ ਉੱਥੇ ਮਤਲਬ ਕਿ ਪੂਰਾ ਹੋਏਗਾ। ਕੁਲਵੀਰ ਸਿੰਘ ਜੀ, ਮੈਂ ਕਿਉਂਕਿ ਬਹੁਤ ਵੱਡੇ ਪੱਧਰ ਦੇ ਉੱਤੇ ਲੋਕਾਂ ਦਾ ਇਕੱਠ ਹੁੰਦਾ, ਔਰ ਮੈਂ ਜ਼ਰੂਰ ਤੁਹਾਡੇ ਕੋਲ ਜਾਣਨਾ ਚਾਹਾਂਗਾ ਕਿ ਕੋਈ ਵੀ ਪ੍ਰੋਗਰਾਮ ਹੋਵੇ, ਧਾਰਮਿਕ ਹੈ ਜਾਂ ਕਿਸੇ ਵੀ ਤਰ੍ਹਾਂ ਦਾ, ਪਰ ਇਹ ਬਹੁਤ ਵੱਡਾ ਲੋਕਾਂ ਦਾ ਇਕੱਠ ਹੁੰਦਾ, ਔਰ ਇੱਥੇ ਹਰ ਮਜ਼ਹਬ ਅਤੇ ਹਰ ਧਰਮ ਦੇ ਲੋਕ ਜਿਹੜੇ ਨੇ ਉਹ ਬਕਾਇਦਾ ਤੌਰ ਦੇ ਉੱਤੇ ਸ਼ਾਮਿਲ ਹੁੰਦੇ ਨੇ, ਔਰ ਮੈਂ ਆਪ ਜੀ ਤੋਂ ਇਹ ਜ਼ਰੂਰ ਪੁੱਛਣਾ ਚਾਹਾਂਗਾ ਕਿ ਸੁਰੱਖਿਆ ਦੇ ਪ੍ਰਬੰਧ ਕਿਸ ਤਰ੍ਹਾਂ ਕੀਤੇ ਜਾਂਦੇ ਨੇ? ਅਸੀਂ ਤੁਹਾਨੂੰ ਭਾਅ ਜੀ ਹੋਰਾਂ ਨੇ ਸਿਕਿਉਰਿਟੀ ਦਾ ਇੰਤਜ਼ਾਮ ਕੀਤਾ ਪੂਰਾ, ਸਾਡੀ ਪੁਲਿਸ ਨਾਲ ਵੀ ਗੱਲ ਹੋਈ ਹੈ, ਸਾਰੀ ਪੁਲਿਸ ਦਾ ਵੀ ਅਰੇਂਜਮੈਂਟ ਉੱਥੇ ਹੈਗਾ, ਸਿਕਿਉਰਿਟੀ ਦਾ ਵੀ ਹੈਗਾ ਸਾਡਾ। ਇੱਕ ਮੈਂ ਥੋੜ੍ਹੀ ਜਿਹੀ ਹਟ ਕੇ ਰਿਆੜ ਸਾਹਿਬ ਜੀ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦਾ ਕਿ ਸਾਨੂੰ ਉਸ ਮਾਲਕ ਦੀ ਕਿਰਪਾ ਨਾਲ ਅਤੇ ਸੰਤ ਬਾਬਾ ਪ੍ਰੇਮ ਸਿੰਘ ਦੀ ਕਿਰਪਾ ਨਾਲ ਸਾਨੂੰ ਇੱਕ ਪ੍ਰਧਾਨ ਬਹੁਤ ਵਧੀਆ ਮਿਲਿਆ, ਇਹ ਵੀ ਇੱਕ ਕਿਰਪਾ ਹੀ ਹੁੰਦੀ, ਪ੍ਰਧਾਨ ਇੱਕ ਸਾਨੂੰ ਬਹੁਤ ਵਧੀਆ ਮਿਲਿਆ। ਔਰ ਤੁਸੀਂ ਸੱਚ ਜਾਣਿਓ ਸਾਨੂੰ ਅਜੇ ਤੱਕ ਨਹੀਂ ਪਤਾ, ਉਹਨੂੰ ਇਹ ਪੁੱਛੀਦਾ ਵੀ ਕਿੱਦਾਂ ਜੀ ਅਸੀਂ ਠੀਕ ਠਾਕ ਆ, ਸਾਡੀ ਲੋੜ ਤਾਂ ਨਹੀਂ, ਉਹ ਕਹਿੰਦਾ ਵੀ ਤੁਹਾਡੀ ਲੋੜ ਕਾਹਦੀ ਹੈ।
ਉਹਨੇ ਪਤਾ ਨਹੀਂ ਕੋਈ 30,000 ਨੰਬਰ ਉਹਨੇ ਆਪਣੀ ਜੇਬ 'ਚ ਪਾਇਆ। ਉਹ ਬਖਸ਼ਿਸ਼ ਆ ਦਿੱਤੀ, ਉਹ ਬਖਸ਼ਿਸ਼ ਆ, ਉਹਨੂੰ ਤਿਆਗ ਦੀ ਬਖਸ਼ਿਸ਼ ਬਹੁਤ ਵੱਡੀ ਆ। ਤੁਸੀਂ ਯਕੀਨ ਜਾਣੋ ਵੀ ਸਾਨੂੰ ਪਤਾ ਉਦੋਂ ਲੱਗਦਾ ਵੀ ਜਿੱਦਣ ਸਾਰੇ ਜੱਸੀ ਇਹ ਕਿੱਦਾਂ ਕੀਤਾ, ਇਹ ਕਿੱਦਾਂ ਕੀਤਾ, ਸਾਰਾ ਪ੍ਰੋਗਰਾਮ ਉਹਦੇ ਅੰਡਰ ਆ। ਸਾਨੂੰ ਤਾਂ ਉਹ ਇੱਕ ਇੱਜ਼ਤ ਮਾਣ ਦਿੰਦਾ ਵਾ ਸਾਨੂੰ। ਕਿਆ ਬਾਤ ਹੈ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਮੈਂ ਦੋਸਤਾਂ ਨੂੰ ਗੁਜ਼ਾਰਿਸ਼ ਕਰਾਂਗਾ ਕਿ ਇਸ ਪ੍ਰੋਗਰਾਮ ਨੂੰ ਅਸੀਂ ਇੱਥੇ ਸਮਾਪਤ ਨਹੀਂ ਕਰਾਂਗੇ, ਔਰ ਹੋਰ ਜਿਹੜੀ ਜਾਣਕਾਰੀ ਹੈ ਬਰਸੀ ਦੀ ਔਰ ਕੁਝ ਹੋਰ ਗੱਲਾਂ ਜਿਹੜੀਆਂ ਉਹ ਕਰਨੀਆਂ ਬਾਕੀ ਨੇ, ਜਿਸ ਦੇ ਵਿੱਚ ਸਾਡੇ ਸ਼ਾਮਿਲ ਹੋਣਗੇ ਬਕਾਇਦਾ ਤੌਰ ਦੇ ਉੱਤੇ ਸਰਦਾਰ ਇੰਦਰਜੀਤ ਸਿੰਘ ਪਟਿਆਲਾ ਔਰ ਸਰਦਾਰ ਜਸਵੰਤ ਸਿੰਘ ਸ਼ੀਸ਼ਾ ਜੀ, ਉਹ ਵੀ ਸਾਡੇ ਵਿਚਕਾਰ ਹਾਜ਼ਰ ਹੋਏ ਨੇ, ਔਰ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਜਿਹੜੇ ਪਿੱਛੇ, ਚਾਹੇ ਉਹ ਜੱਸੀ ਜੀ ਨੇ, ਚਾਹੇ ਉਹ ਬਾਬੂ ਹਰਿੰਦਰ ਸਿੰਘ ਨੇ, ਚਾਹੇ ਉਹ ਹੋਰ ਨਾਵਾਂ ਦਾ ਵੀ ਜ਼ਿਕਰ ਜਿਹੜਾ ਉਹ ਖਾਸ ਤੌਰ ਦੇ ਉੱਤੇ ਢਿੱਲੋਂ ਸਾਹਿਬ ਉਹਨਾਂ ਦਾ ਜ਼ਰੂਰ ਅਗਲੇ ਪ੍ਰੋਗਰਾਮ ਦੇ ਵਿੱਚ ਵਰਣਨ ਕਰਨਗੇ। ਪ੍ਰੋਗਰਾਮ ਨੂੰ ਅਸੀਂ ਜਾਰੀ ਰੱਖਾਂਗੇ, ਪਰ ਮਿਲਦੇ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਦੋਸਤੋ, ਜਿਵੇਂ ਅਸੀਂ ਪਿਛਲਾ ਪ੍ਰੋਗਰਾਮ ਜਿਹੜਾ ਉਹ ਤੁਹਾਡੇ ਰੂਬਰੂ ਕੀਤਾ, ਔਰ ਇਹ ਪ੍ਰੋਗਰਾਮ ਜਿਹੜੇ ਨੇ ਉਹ ਡੈਡੀਕੇਟਡ ਨੇ 2 ਜੂਨ ਦੀ ਜਿਹੜੀ ਸੰਤ ਬਾਬਾ ਪ੍ਰੇਮ ਸਿੰਘ ਸਿੱਖ ਕਲਚਰ ਸੁਸਾਇਟੀ ਵੱਲੋਂ ਸਮੋਕੀ ਪਾਰਕ ਵਿਖੇ ਸੰਤਾਂ ਦੀ ਬਰਸੀ ਮੌਕੇ ਜੋੜ ਮੇਲਾ ਕਰਵਾਇਆ ਜਾ ਰਿਹਾ, ਉਸ ਨੂੰ ਇਹ ਪ੍ਰੋਗਰਾਮ ਡੈਡੀਕੇਟਡ ਨੇ, ਔਰ ਉਸ ਦੀ ਜਾਣਕਾਰੀ ਭਰਪੂਰ ਪ੍ਰੋਗਰਾਮਾਂ ਦਾ ਵੇਰਵਾ ਜਿਹੜਾ ਉਸ ਨੂੰ ਅਸੀਂ ਅਗਾਂਹ ਤਰਜੀਹ ਦੇ ਤੌਰ ਦੇ ਉੱਤੇ ਰੱਖਿਆ। ਮੈਂ ਦੱਸ ਦੇਣਾ ਚਾਹਾਂਗਾ ਕਿ ਜਸ ਪੰਜਾਬੀ ਦੀ ਸਮੁੱਚੀ ਟੀਮ ਜਿਹੜੀ ਆ ਉਹ ਉੱਥੇ ਮੌਜੂਦ ਹੋਏਗੀ ਸ਼ੁਭਕਾਮਨਾਵਾਂ ਦੇ ਰੂਪ ਦੇ ਵਿੱਚ, ਔਰ ਉੱਥੇ ਉਮੜੀ ਸੰਗਤ ਦੇ ਵਿਊ ਲੈਣ ਵਾਸਤੇ, ਜਿੱਥੇ ਅਸੀਂ ਉਸ ਪ੍ਰੋਗਰਾਮ ਨੂੰ ਬਕਾਇਦਾ ਤੌਰ ਦੇ ਉੱਤੇ ਰਿਕਾਰਡ ਕਰਕੇ ਦੁਨੀਆ ਭਰ ਦੇ ਨਕਸ਼ੇ ਦੇ ਉੱਤੇ, ਇਸ ਮੈਂ ਸਮਝਾਂਗਾ ਕਿ ਵਿਦੇਸ਼ ਦੀ ਸਮੁੱਚੇ ਉੱਤੇ ਧਰਤੀ ਦੇ ਉੱਤੇ ਸਭ ਤੋਂ ਵੱਡਾ ਜਿਹੜਾ ਜੋੜ ਮੇਲਾ ਲੱਗਦਾ ਸਮੋਕੀ ਪਾਰਕ ਦਾ, ਉਸ ਦੇ ਲੋਕਾਂ ਨੂੰ ਦਰਸ਼ਨ ਤਾਂ ਅਸੀਂ ਕਰਵਾਉਣੇ ਹੀ ਨੇ, ਪਰ ਮੈਂ ਸਮਝਾਂਗਾ ਕਿ ਸਾਡੀ ਟੀਮ ਜਿਹੜੀ ਹੈਗੀ ਹੈ ਉਹ ਜਸ ਪੰਜਾਬੀ ਦੇ ਪੇਜ ਦੇ ਉੱਤੇ ਲਾਈਵ ਵੀ ਬਕਾਇਦਾ ਤੌਰ ਦੇ ਉੱਤੇ ਜਾ ਕੇ ਉੱਥੇ ਤੁਹਾਨੂੰ ਦਰਸ਼ਨ ਜਿਹੜੇ ਆ ਉਹ ਸਾਰੀਆਂ ਹਸਤੀਆਂ ਦੇ ਔਰ ਪ੍ਰੋਗਰਾਮ ਦੀ ਰੂਪ ਰੇਖਾ ਦੇ ਔਰ ਉਮੜੇ ਹੋਏ ਇਕੱਠ ਦੇ ਦਰਸ਼ਨ ਜਿਹੜੇ ਆ ਉਹ ਪੂਰੀ ਇੱਕਜੁੱਟਤਾ ਨਾਲ ਕਰਵਾਵਾਂਗੇ, ਕਿਉਂਕਿ ਜਸ ਪੰਜਾਬੀ ਦਾ ਹਮੇਸ਼ਾ ਉਪਰਾਲਾ ਹੁੰਦਾ ਕਿ ਕਮਿਊਨਿਟੀ ਦੇ ਇਹ ਧਾਰਮਿਕ ਪ੍ਰੋਗਰਾਮ ਜਿਹੜੇ ਹੁੰਦੇ ਨੇ ਉਹਨਾਂ ਪ੍ਰੋਗਰਾਮਾਂ ਨੂੰ ਅਸੀਂ ਆਪਣੇ ਪ੍ਰੋਗਰਾਮ ਸਮਝਦੇ ਹਾਂ। ਉਸ ਦਾ ਸਭ ਤੋਂ ਵੱਡਾ ਕਾਰਨ ਹੈ ਕਿ ਅਸੀਂ ਕਮਿਊਨਿਟੀ ਦੀਆਂ ਦੁਆਵਾਂ ਦੇ ਨਾਲ ਹੀ ਆਪਣੇ 13ਵੇਂ ਸਾਲ ਦੇ ਵਿੱਚ ਪ੍ਰਵੇਸ਼ ਕੀਤਾ, 12 ਸਾਲ ਪੂਰੇ ਕੀਤੇ, ਔਰ ਜਸ ਪੰਜਾਬੀ ਹਮੇਸ਼ਾ ਕਮਿਊਨਿਟੀ ਦਾ ਅੰਗ ਬਣ ਕੇ ਖੜਿਆ। ਕਦੇ ਕਮਿਊਨਿਟੀ ਦੇ ਨਾਲ ਜਸ ਬ੍ਰੌਡਕਾਸਟਿੰਗ ਨੇ ਸੌਦੇਬਾਜ਼ੀਆਂ ਨਹੀਂ ਕੀਤੀਆਂ, ਜਸ ਬ੍ਰੌਡਕਾਸਟਿੰਗ, ਜਸ ਪੰਜਾਬੀ ਤੁਹਾਡੀਆਂ ਦੁਆਵਾਂ ਅਤੇ ਤੁਹਾਡੀ ਪਿਆਰ ਦੀ ਗੱਲ ਹੈ। ਔਰ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ ਗੁਰਦੁਆਰਾ ਸੱਚਖੰਡ ਦਰਬਾਰ ਨਿਊਯਾਰਕ ਦੇ ਚੇਅਰਮੈਨ ਸਰਦਾਰ ਇੰਦਰਜੀਤ ਸਿੰਘ ਜੀ ਪਟਿਆਲਾ, ਔਰ ਉਹਨਾਂ ਦੇ ਨਾਲ ਸ਼ਾਮਿਲ ਹੋਏ ਨੇ ਸਰਦਾਰ ਜਸਵੰਤ ਸਿੰਘ ਜੀ ਸ਼ੀਸ਼ਾ, ਔਰ ਸਰਦਾਰ ਹਰਵੰਤ ਸਿੰਘ ਢਿੱਲੋਂ ਸਾਡੇ ਨਾਲ ਪਹਿਲੇ ਪੈਨਲ ਦੇ ਵਿੱਚ ਹੀ ਬੈਠੇ ਸੀ। ਮੈਂ ਇੱਕ ਵਾਰੀ ਫਿਰ ਫਤਿਹ ਗਜਾਉਣਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰ ਇੰਦਰਜੀਤ ਸਿੰਘ ਜੀ, ਕਾਫੀ ਵਾਰ ਤੁਹਾਨੂੰ ਸੁਣਿਆ, ਔਰ ਮੈਂ ਸਮਝਾਂਗਾ ਕਿ ਜਿਵੇਂ ਗੁਰਦੁਆਰਾ ਸੱਚਖੰਡ ਦਰਬਾਰ ਦਾ ਨਾਂ ਆ ਜਾਂਦਾ, ਬਹੁਤ ਖੂਬਸੂਰਤ ਇਮਾਰਤ ਹੈ ਉਸ ਗੁਰੂ ਘਰ ਦੀ, ਬੜੀਆਂ ਅੱਛੀਆਂ ਸਰਗਰਮੀਆਂ ਉੱਥੇ ਸ਼ੁਰੂ ਹੋਈਆਂ ਨੇ, ਤੁਸੀਂ ਉਸ ਗੁਰੂ ਘਰ ਦੇ ਚੇਅਰਮੈਨ ਹੋ, ਜਦੋਂ ਬਰਸੀ ਜਿਹੜੀ ਹੈ ਜਦੋਂ ਦੀ ਸਮੋਕੀ ਪਾਰਕ ਦੇ ਵਿੱਚ ਆਏ, ਪਹਿਲਾਂ ਵੀ ਸਮੋਕੀ ਪਾਰਕ ਦੇ ਵਿੱਚ ਬਹੁਤ ਔਰਗੇਨਾਈਜੇਸ਼ਨਸ ਔਰ ਸਮੁੱਚੇ ਗੁਰੂ ਘਰਾਂ ਦਾ ਜਿਹੜਾ ਹੈ ਉਹ ਸਹਿਯੋਗ ਹੁੰਦਾ। ਮੈਂ ਅੱਗੇ ਵੀ ਇਹ ਗੱਲ ਜਿਹੜੀ ਆਫ ਦੀ ਰਿਕਾਰਡ ਕਹਿ ਚੁੱਕਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਦੇ ਵਿੱਚ ਜਾਂ ਇਸ ਬਰਸੀ ਦੇ ਸਮੋਕੀ ਪਾਰਕ ਦੇ ਵਿੱਚ ਜਿਹੜਾ ਕੋਈ ਵਿਅਕਤੀ ਨਾ ਆ ਸਕੇ ਉਹ ਬਦਕਿਸਮਤੀ ਸਮਝਦਾ ਕਿ ਮੈਨੂੰ ਘੱਟ ਹੈ ਕਿ ਮੈਂ ਉਸ ਬਰਸੀ ਦੇ ਵਿੱਚ ਹਾਜ਼ਰੀ ਜਾ ਕੇ ਨਹੀਂ ਲਵਾ ਸਕਿਆ, ਚਾਹੇ ਕੋਈ ਰਾਜਨੀਤਿਕ ਹਸਤੀ ਹੈ, ਚਾਹੇ ਕੋਈ ਸਮਾਜ ਦੇ ਵਿੱਚ ਹੈ, ਚਾਹੇ ਕੋਈ ਗੁਰਦੁਆਰੇ ਨਾਲ ਸੰਬੰਧਿਤ ਹਸਤੀ ਹੈ, ਸਾਰੇ ਲੋਕ ਉਮੜ ਕੇ ਉੱਥੇ ਆਉਂਦੇ ਨੇ। ਸਭ ਤੋਂ ਪਹਿਲਾਂ ਪੁੱਛਾਂਗਾ ਕਿ ਹੋਰ ਕਿਹੜੀਆਂ ਔਰਗੇਨਾਈਜੇਸ਼ਨ ਅਤੇ ਗੁਰੂ ਘਰ ਜਿਹੜੇ ਨੇ ਉਹ ਇਸ ਵੱਡੀ ਬਰਸੀ ਦੇ ਵਿੱਚ ਸਹਿਯੋਗ ਕਰ ਰਹੇ ਨੇ। ਸਭ ਤੋਂ ਪਹਿਲੀ ਗੱਲ ਹੈ ਕਿ ਸਾਰੇ ਜਸਟ ਪੰਜਾਬੀ ਨੂੰ ਔਰ ਜਿੰਨੇ ਵੀ ਸਰੋਤੇ ਸੁਣ ਰਹੇ ਨੇ, ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਬਹੁਤ ਬਹੁਤ ਧੰਨਵਾਦ ਹੈ, ਤੁਸੀਂ ਸਾਨੂੰ ਚਾਂਸ ਦਿੱਤਾ ਇੱਥੇ ਆਉਣ ਦਾ, ਮੈਂ ਤੁਹਾਡਾ ਵੀ ਬਹੁਤ ਧੰਨਵਾਦ ਕਰਦਾ। ਸਭ ਤੋਂ ਪਹਿਲੀ ਗੱਲ ਇਹ ਹੈ ਕਿ ਇਹ ਜਿਹੜੀ ਬਰਸੀ ਐਤਕੀ ਮਨਾਈ ਜਾ ਰਹੀ ਹੈ, ਬੜੇ ਹਾਈਲਾਈਟ ਪੱਧਰ 'ਤੇ ਅਸੀਂ ਮਨਾ ਰਹੇ ਹਾਂ ਜੀ। ਉਹਦੇ ਵਿੱਚ ਤਕਰੀਬਨ ਇਸ ਟਾਈਮ ਸਾਰੇ ਗੁਰਦੁਆਰੇ ਸਾਨੂੰ ਸਾਥ ਦੇ ਰਹੇ ਨੇ, ਜਥੇਬੰਦੀਆਂ ਨੇ, ਸੰਤ ਬਾਬਾ ਪ੍ਰੇਮ ਸਿੰਘ ਸੁਸਾਇਟੀ ਤਾਂ ਹੈ ਹੀ ਹੈ, ਆਪਣੇ ਮਿਆਣੀ ਵੈਲਫੇਅਰ ਸੁਸਾਇਟੀ, ਬੇਗਵਾਲ ਵੈਲਫੇਅਰ ਸੁਸਾਇਟੀ, ਸੱਲਾਂ ਵੈਲਫੇਅਰ ਸੁਸਾਇਟੀ, ਸੱਚਖੰਡ ਗੁਰੂ ਨਾਨਕ ਦਰਬਾਰ, ਮਾਝਾ ਸਿੰਘ ਗੁਰਦੁਆਰਾ, ਸਾਰੇ 109 ਵਾਲੇ ਤਕਰੀਬਨ ਆਲਮੋਸਟ ਔਰ ਸਾਨੂੰ ਟਰਾਈ ਸਟੇਟ ਦੇ ਗੁਰਦੁਆਰੇ, ਟਰਾਈ ਸਟੇਟ ਦੀਆਂ ਜਥੇਬੰਦੀਆਂ ਵੀ ਸਾਰੀਆਂ ਸਹਿਯੋਗ ਦੇ ਰਹੀਆਂ ਨੇ। ਔਰ ਇਸ ਟਾਈਮ ਜੇ ਮਹਾਰਾਜ ਦੀ ਕਿਰਪਾ ਔਰ ਸੰਗਤਾਂ ਦੇ ਸਹਿਯੋਗ ਨਾਲ
बहुत वड्डे पद्धर ते और बहुत शान शौक नाल मनाया जाएगा जी जी क्योंकि संतां नूं हर आदमी सत्कार दिंदा देखो संत बहुत आए ने कुछ निर्मले संत आए ने वह अपनी भगती की चले गए ने ये संत क्रांतिकारी सी जिन्हां ने एक नवी ली नवा कीता एक मतलब हर नहीं असं कह सकते भी लबा ठीक है वह लबाणा बरादरी पैदा हुए हैं तो असं लबाणा बरादरी उन्होंने सत्कार करते हैं पर वो हर नहीं तो गुरु नानक पातशाह जी खत्री बरादरी पैदा हुए थे वो कितने खत्री हाँ वो हर बरादरी जिस पिंड दसवें जामे ने तो सारा कुछ मिटा दिता मिटा दिता उन्होंने यही चीज़ नूं कीता और उन्होंने हर बरादरी नूं उही कुछ इज्जत मान दिता जो उन्होंने लबाणा बरादरी नूं दित्ती है वो सारिया के सांझे संत ने और इस करके उन्होंने जी बरसी है सारे सानू सहयोग दे के असं बड़े उच्चे पद्धर से मना रहे हैं और बहुत वधिया तरीके मना रहे हैं असी जो खंड पाठ साहब है वो 109 वाले माझा सिंह गुरुद्वारे रखावे 9:30 बजे सवेरे भोग पेगा उस तो बाद असी उतों दरबार साहब न बड़ी रवाज जो उत्थे लियावे तो फिर 11 बजे उत्थे अपना जोड़ा प्रोग्राम है कीर्तन का व्डे व्डे रागी सिंह सारे बहुत हाई पद्धर के सदे हुए ने तो सारे कोऑपरेट कर रहे हैं तो मेरा ख्याल है भी महाराज कृपा करे संगत सहयोग देंदी है तो बहुत वधिया तरीके मनाव जी मैं थोड़ी तो इस गल के उत्ते आवांगा कि जिवें तुसीं कहा जी भी बरादरी के पैदा हुए ने पर मैं अक्सर ये गल कहना हुंदा कि साडे जिहड़े गुरु साहिबान ने उन्हां दी महानता जिहड़ी है एक क्रांतिकारी लहर ते गुरु नानक पातशाह तो चली और मैं समझांगा कि सानूं अज भी इहो जे संतां ते रहिबरां दी जरूरत है क्योंकि कौम दे विच अज असी ये समझदे हां कि किड्डा वड्डा जिहड़ा है वह बाबाबाद ते पखंडबाद जिहड़ा उधर नूं कौम चली गई उत्थे घाटा कमजोरियां कदे भी नहीं गिणियां क्यों क्योंकि साडे कोल साडे आगू जिहड़े सी उह क्रांतिकारी नहीं रहे अज दी तरीक दे विच जेकर इस कौम कोल भी एजुकेशन पद्धर दे उत्ते संत प्रेम सिंह होरा वर्गे आगू मौजूदा समय दे विच भी हुंदे तां शायद असीं नवाणा वालों जिहड़ा उह बहुत वड्डी पद्धर दे उत्ते जिहड़ा उह बच जांदे साडे गुरु साहिबान दी तां बहुत वड्डी विलक्खणता है कि सदने कसाई वर्गे दे उत्ते रोशनी पा के दरबार साहब दे विच लिया के मतलब सुशोभित कर दिता जी कुछ कहना चाहो हाँ मैं कहना यह चाहता भी जिहड़े अजकल दे संत फिरदे ने उह संत तां हरेक बंदा नाल ला के जिन्हें गोल पग बन ली उह संत बन गया और पैसे इकट्ठे कर ले और वह जिहड़े संत ने जे तुसीं बाकी संतां नूं देखो मैं कल्ले बाबा प्रेम सिंह की गल नहीं करता तुसीं संतां दीआं जीवनियां पढ़ो हरखोवाले वालिआं दी पढ़ो अपने ज्वाला सिंह की पढ़ लो संत बाबा नंद सिंह की पढ़ लो बाबा अतर सिंह की मसूआल की पढ़ लो ईसर सिंह की पढ़ लो सारे संतां ने सिखी का प्रचार किया अजोके समय के कोई क्रांतिकारी संत संत बाबा जरनैल सिंह खालसा खालसा हुए ने जिंदगी पर संत संत सी हाँ ये संत नहीं सी ये दूसरे संत नहीं संत शब्द भी जड़ा 19-20वें दे दहाके दे स्टार्ट ते 19 दे एंड दे विच जाके वो भी इन्होंने श्रोमणी गुरुद्वारा प्रबंधक कमेटी ने संत शब्द दिता संत पहला नहीं सी लगता संत भाई लगता बिल्कुल बिल्कुल भाई लगता सर जसवंत सिंह जी बहुत वड्डे पद्धर दे उत्ते पिछले प्रोग्राम दे विच वी गल हुई कि जदों फूड दे स्टाल खाण वास्ते नहीं लगते उत्थे मैं समझांगा कि गुरु नानक पातशाह जी दे 20 रुपए दा जिहड़ा एक सच्चा सौदा है उहदा अटुट भंडार हुंदा है भी जिवें मैं लोकां नूं दुध दीआं गैलां जिहड़ियां उह भी अपने घरां नूं चक्के ले जांदे ने कोई रोकदा नहीं हदवाणे वड्डे वड्डे 2-2, 3-3, 4-4 किलो दे उह अपने मोढ़िआं ते चक के दूजीआं कम्युनिटीज़ ते साडे सिआह मूल दे लोक गोरे भी उह आउंदे ने जो चीज़ चाहीदी अपने कोई नहीं इह गल कहिंदा इत्थे बैठ के खाण नूं आ जां किवें आ जिहड़ा जिहदी चीज़ करे वाधू मतलब भंडारा हुंदा मतलब मैं ये गल है बड़े वड्डे पद्धर के उत्ते देखी है कि यूबा सिटी के विच ये देखने को मिलता है स्मोकी पार्क के विच भी उदा का नज़ारा देखने को मिलता है की कहोगे तुसी वाहिगुरु जी का खालसा वाहिगुरु जी की फतेह जैर साहब मैं न्यूयॉर्क की सारी संगत को सब तो पहला तो यह सद्दा देना कि 2 जून दिन ऐतवार को जी 69वीं बाबा प्रेम सिंह जी की बरसी असं मना रहे हैं हुम हुम आ के पहुँचो क्योंकि पिछले जड़े असी प्रोग्राम किए ने उन्होंने भी तुसी सबना ने देखा कि असी काफ़ी होर भी तरीके जी हुण बरसी नूं अगे वधा रहे हैं उहदे विच खाण पीन दे स्टाल भंगूड़े बच्चों वास्ते और होर भी सारा प्रबंध जिहड़ा साढ़े सारे सरप्रस्त कर रहे हैं दास भी नाल है बिल्कुल असी सारे रल मिल के जिन्नी भी सेवा होएगी कर रहे हैं और सबना नूं असी ये कह रहे हैं कि सारे आओ वो बाबा प्रेम सिंह जी की जिहड़ी बरसी एक मेले की तरह जिवें बेगवाल दे विच मेला मनाया जांदा सी असी छोटे होंदे जदों जांदे होंदे सी उत्थे बड़ा कुछ सी उस तरीके नाल असी हर साल दे साल उस नूं वधाउण की कोशिश कर रहे हैं तो साढ़े कोल जिन्ना भी प्रबंध अच्छा हो सकता है असी कर रहे हैं
तो साढ़े नाल जरूर सारे सहयोग दियो और अपने बच्चों को लैके उत्थे पहुँचो और महाराज बाबा प्रेम सिंह जी की बरसी दियाँ खुशियां जड़ियाँ ने वो घर लैके जाओ जी, और वाहेगुरु जी का खालसा वाहेगुरु जी की फतह। ढिल्लों साहब मैं ये पूछूंगा कि असी जरूर हर वेले गल जरूर कर दें कि असी कुछ ना कुछ जिहड़ा है ऐतकी वक्रे ढंग नाल होएगा और इस गल दे विच कोई दो रामा नहीं कि सारे जिहड़े मैं समझांगा कि जिन्हें प्रबंधक आ वह एक शरदा के नाल नमाणे हो के सेवा उत्थे करदे आ और सारे ही वध तो वध योगदान पाउण की कोशिश करते कि कुछ ना कुछ नवा किया जा सके। और इस बार की तुहानू लगता कि इस बार थोड़ा जा होर हट के जा वखरेवा जिहड़ा वह बरसी दे विच जिहड़ी लहर पिछले समय तो विधवता वाली शुरू की हुई है कि लोगों नू सिर्फ कथा कीर्तन तो परे हट के इतिहास के नाल भी जोड़ना जा इदां दीआं होर नवीआं चीज़ां जिहड़ियां ने वो की कर रहे हो? पहलों रियाड़ साहब मैं सारी संगत को दसना चाहुंदा भी ये कल्ली न्यूयॉर्क दे विच बरसी नहीं मनाई जानी, इस बरसी दे विच ट्राई स्टेट की संगत प्लस अमरीका दे बाकी शहरां तों ते आउट ऑफ कंट्री जिहड़े लोग जिहड़े सिख आ वो इस बरसी नू मतलब इहदा आनंद माण वास्ते दूरों दूरों दुनिया आ रही आ। असी ट्राई स्टेट की संगत नू मतलब पिछले दिनों दे विच जदों उन्हां नू पता लगता भी वो जिहड़ी बरसी आ समुखी पार्क दे विच मनाई जानी आ, कई वारां गुरुद्वारियां दे विच हुंदा भी उत्थे संगत बैठ नहीं सकनी तंग आ जगह, पर जदों उन्हां नू इह पता लगता भी ये जिहड़ी बरसी आ समुखी पार्क दे विच मनाई जानी आ उत्थों फिर जगह की जिहड़ी उह प्रॉब्लम खत्म हो जाती आ, क्यों वो जिहड़ी जिहड़ा पार्क आ उह तीन दसां पंद्रह खेतां दे विच उह पार्क आ बहुत वड्डा पार्क आ, जिहड़ा टेंट आ उह बहुत वड्डा लगना, जिहड़े स्टाल आ खाण पीण दे उह भी बहुत वड्डे लेवल ते कोई 15 to 20 स्टाल लगने हैं जिहड़े मतलब खाण दे पीण दे लगने हैं। दूसरा इस वेरी बरसी अं हर वेना मनाते रहे जदों अं सिकल सोसाइटी के बरसी मनाते तीन तिना बच्चा चौं बरसियां उत्थे असी अपने सिखा जिहड़े बंदे अमृत छकना चाहुंदे सी उन्हां अमृत भी अं छकाउंदे रहे हैं, पर उस बरसियां दे विच साडे कोई जिहड़ा प्रोग्राम नहीं हो सकिया। इस बारे सब तो वड्डा जिहड़ा असीं दुबारा ये सिस्टम जिहड़े असीं इस सोसाइटी के 73-75 आदमी आ उन्होंने सारिआं ने मिल के ये बैठ के सलाह की भी इस वेरा असीं जिहड़ा वह अमृत छकाउण की जिहड़ी रीत अगे बंद कर दित्ती उह अमृत संचार दुबारा शुरू कर रहे हैं, उत्थे इक स्पैशल टेंट ला के स्पैशल जगह करके बना के उहदे विच उस दिन अमृत छकाया जाऊगा, जिहड़ा तकरीबन कोई 1:30 बजे जिन्हें बलासी उत्थे अमृत छकणगे उन्होंने 1:30 बजे आके मेन दरबार हाल दे विच लिआंदा जाऊगा। ये सब तो जिहड़ी नवीं गल इस बार असीं शुरू की आ, ये सारी कमेटी के सहयोग नाल की आ, ये कल्ले हरमन सिंह ढिल्लों ने जां होर किसी ने नहीं, सारी कमेटी ने रल के ये मता पास किया भी असीं ये प्रोग्राम शुरू करना वा। जिहड़ा तुसीं पुलिस की सिक्योरिटी का पुछया भी उत्थे सिक्योरिटी का इंतजाम किदां दा, सब तो वड्डी गल वी जिहड़ी 102 कम्यूनिटी कौंसल है ना उहदा मैं सार्जेंट आर्म आ ते बाबा रणजीत सिंह उहदा वाइस प्रैजीडेंट आ, ते 102 दी जिहड़ी इंचार्ज आ ते जिहड़ा क्वीन दा सारे जिले दा जिहड़ा इंचार्ज आ जिहड़ा फरेरा जिहड़ा अफसर आ उसने भी उस दिन आउणा ते नाल पुलिस दे भी तकरीबन 25 to 30 आदमी उत्थे पुलिस दे आउणगे प्लस प्राइवेट सिक्योरिटी आऊगी। दूसरा इस बरसी दे विच जदों ये असीं मनाउने आ अज तक कदी भी कोई झगड़े वाला इहो जिहा सिस्टम नहीं। कोई नहीं आया जिहदे विच कोई झगड़ा होया होवे, इस करके ज़्यादा संगत नूं उत्थे कोई किसे किस्म का फिक्र भी नहीं, साडियां बीबियां भैणां बच्चे हर एक नूं उत्थे आउणा चाहीदा आ के उस मेले का आनंद गुरबाणी का भी। दूसरा जिहड़ा सब तो वड्डी गल आ वी जिहड़ी हिस्टरी आ जिहड़ी संतां बारे जां मतलब होर भी जिहड़ा सिख धर्म बारे उत्थे विचार कीते जाणगे, साढ़े को प्रोफेसर ट्रेसी स्पैशल तौर पर इस फंक्शन के अटेंड करने वास्ते वो इतने पहुँच रहे हैं, वो एक स्पैशल किताब भी संतां ते लिख रहे हैं जिहड़ी बहुत मतलब जिहड़ा उस बहुत चिरां तो शायद वो पाकिस्तान भी इस विषय ते जाणगे, उन्होंने मतलब जिहड़ी सिख जिहड़ी संत बाबा प्रेम सिंह सिकल सोसाइटी आ उन्होंने पाकिस्तान भेजूगी, उत्थों भी बहुत ज़्यादा जिहड़ा मटीरियल इकट्ठा करके लियाउणगे, तां जिहड़ा किताब दे विच बिल्कुल सच दा सच 99% जिहड़े जोक्स भी सच लिखा जाए कोई इहो जी गल ना उहदे विच लिखी जाए। जिहड़ा प्रोफेसर ढेसी आ बहुत सियाने इंसान आ बहुत पढ़े लिखे आ और संतां बारे बहुत कुछ जाणदे आ, मतलब जानकारी नहीं गा भी वो कुछ जाणदे नहीं बहुत कुछ जाणदे आ जिहदे बारे वो आके इत्थे जानकारी भी देणगे। तीसरा सिख कौम दे विच बहुत वड्डे वड्डे साढ़े मतलब संत होए आ बहुत वड्डे वड्डे कुरबानी करन वाले होए जिदा बाबा दीप सिंह आ अपने बहुत वड्डी उन्हां दी देण आ सिख कौम नूं, इदां बाबा बुढ़ा जी आ जिहड़े जिन्हां ने बहुत
ਪੰਜਾਂ ਛਿਆਂ ਗੁਰੂਆਂ ਦੇ ਨਾਲ ਮਤਲਬ ਜਿਨ੍ਹਾਂ ਨੇ ਕੰਮ ਕੀਤਾ। ਇਸੇ ਤਰ੍ਹਾਂ ਜਿਹੜੇ ਸੰਤ ਭਿੰਡਰਾਂ ਵਾਲੇ ਆ ਉਹ ਵੀ ਸਾਡੀ ਕੌਮ ਦੇ ਵਿੱਚ ਇੱਕ ਚਾਨਣ ਮਰਾਰਾ ਵਾ, ਜਿਨ੍ਹਾਂ ਨੇ ਦੋ ਮਤਲਬ ਸੰਤ ਹੋਏ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਜਿਸ ਤਰ੍ਹਾਂ ਕਿ ਗੁਰੂ ਗੋਬਿੰਦ ਸਿੰਘ ਜੀ ਮਤਲਬ ਸਾਡੇ ਕਹਿ ਗਏ ਦਸਵੇਂ ਗੁਰੂ, ਉਹਨਾਂ ਨੇ ਅੰਮ੍ਰਿਤ ਛਕਾਇਆ ਅਤੇ ਨਾਲ ਹਥਿਆਰ ਵੀ ਮਤਲਬ ਜਿਹੜਾ ਸ੍ਰੀ ਸਾਹਿਬ ਕੋਲ ਰੱਖੀ, ਅਤੇ ਪਿੰਡਾਂ ਵਾਲੇ ਸੰਤ ਪਿੰਡਾਂ ਵਾਲਿਆਂ ਨੇ ਵੀ ਉਹਨਾਂ ਨੇ ਪਿਸਟਲ ਰੱਖਿਆ ਅਤੇ ਸੰਤਾਂ ਨੇ ਵੀ ਆਪਣੇ ਮਤਲਬ ਪਿਸਟਲ ਰੱਖਿਆ ਵੀ ਦੇਖਿਆ ਵੀ ਜੇ ਕਿਸੇ ਧੀ ਭੈਣ ਦੀ ਕਦੀ ਇੱਥੇ ਲੁੱਟਦੀ ਹੋਵੇ, ਕੋਈ ਕਿਤੇ ਸਿੱਖ ਨੂੰ ਕਿਸੇ ਨੂੰ ਗਲਤ ਨਜਾਇਜ਼ ਯੂਜ਼ ਕੀਤਾ ਜਾਵੇ, ਉੱਥੇ ਜੇ ਹਥਿਆਰ ਹਮੇਸ਼ਾ ਸਿੱਖ ਦੇ ਕੋਲ ਹੋਊਗਾ ਉਸ ਦੇ ਨਾਲ ਪ੍ਰੋਟੈਕਟ ਕਰ ਸਕੂ ਉਸ ਧੀ ਭੈਣ ਨੂੰ। ਇਹ ਦੋਨਾਂ ਸੰਤਾਂ ਦੀ ਮਤਲਬ ਖੂਬੀ ਆ ਸਿੱਖ ਕੌਮ ਦੇ ਵਿੱਚ, ਸੰਤ ਭਿੰਡਰਾਂ ਵਾਲਿਆਂ ਦੀ ਅਤੇ ਸੰਤ ਬਾਬਾ ਪ੍ਰੇਮ ਸਿੰਘ ਮਰਾਲੇ ਵਾਲਿਆਂ ਦੀ, ਜਿਨ੍ਹਾਂ ਨੇ ਦੋਨਾਂ ਨੇ ਮਤਲਬ ਜਿੱਦਾਂ ਸੰਤਾਂ ਨੇ ਪਿਸਟਲ ਰੱਖਿਆ ਸੀ ਸ਼ੁਰੂ ਕੀਤਾ ਸੀ ਪਾਉਣਾ, ਅਤੇ ਪਰ ਭਿੰਡਰਾਂ ਵਾਲੇ ਨੇ ਅਤੇ ਸੰਤ ਜਿਹੜਾ ਉਹ ਪਿਸਟਲ ਨੂੰ ਯੂਜ ਕਰਕੇ ਵੀ ਦਿਖਾਇਆ ਵੀ ਇਹ ਪਿਸਟਲ ਦੀ ਜ਼ਰੂਰਤ ਸਾਨੂੰ ਕਿੱਥੇ ਪੈਂਦੀ ਹੈ। ਇਸ ਕਰਕੇ ਸੰਤਾਂ ਦੀ ਦੇਣ ਜਿਹੜੀ ਆ ਉਹ ਸਾਨੂੰ ਕਦੇ ਨਹੀਂ ਭੁੱਲ ਸਕਦੀ। ਸੰਤਾਂ ਦੇ ਤਾਂ ਬਹੁਤ ਵੱਡੇ ਮਤਲਬ ਸਾਡੇ ਕਰਮ ਆ, ਅਸੀਂ ਉਹਨਾਂ ਦੀ ਬਰਸੀ ਮਨਾਉਂਦੇ ਹਾਂ, ਜੋ ਉਹਨਾਂ ਨੇ ਪਰਉਪਕਾਰ ਕੀਤੇ ਆ ਮਤਲਬ ਸੰਤਾਂ ਨੇ, ਉਹਨਾਂ ਦੀ ਦੇਣ ਸਿੱਖ ਕੌਮ ਨੂੰ ਬਹੁਤ ਵੱਡੀ ਆ, ਔਰ ਉਹਨੂੰ ਦੇਖ ਕੇ ਅਸੀਂ ਐਡੇ ਐਡੇ ਸਾਡੇ ਬਿਜ਼ਨਸ ਆ, ਐਡੇ ਐਡੀਆਂ ਤਰੱਕੀਆਂ ਕੀਤੀਆਂ, ਸਾਡੇ ਬੱਚੇ ਇੱਥੇ ਆ ਕੇ ਡਾਕਟਰ ਬਣੇ ਆ, ਜਿਹੜੇ ਅਮਰੀਕਨ ਲੋਕ ਸਾਡੇ ਕੋਲ ਕੰਮ ਕਰਦੇ ਆ, ਸਾਨੂੰ ਇਹ ਮਾਣ ਵਾਲੀ ਗੱਲ ਆ। ਇਹ ਮਾਣ ਸਾਨੂੰ ਮਿਲਿਆ ਕਿੱਥੋਂ? ਗੁਰੂ ਗ੍ਰੰਥ ਸਾਹਿਬ ਤੋਂ। ਬਿਲਕੁਲ, ਬਾਣੀ ਤੋਂ ਵਡਿਆਈ, ਵਡਿਆਈ ਸਾਨੂੰ ਉੱਥੋਂ ਮਿਲੀ ਆ, ਉੱਥੋਂ ਪੜ੍ਹ ਕੇ ਹੀ। ਜਿਹੜੇ ਸੰਤ ਆ, ਜਿੱਦਾਂ ਜਿੰਨੇ ਵੀ ਸੰਤ ਆ ਜਾਂ ਭਗਤ ਹੋਏ ਆ ਜਾਂ ਸਾਡੇ ਸ਼ਹੀਦ ਹੋਏ ਆ, ਸਾਰਿਆਂ ਨੇ ਗੁਰੂ ਗ੍ਰੰਥ ਸਾਹਿਬ 'ਚੋਂ ਬਾਣੀ 'ਚੋਂ ਪੜ੍ਹ ਕੇ ਭਗਤੀ ਕਰਕੇ ਇੱਥੋਂ ਤੱਕ ਪਹੁੰਚੇ ਆ, ਅਤੇ ਗਾਹਾਂ ਸਾਨੂੰ ਉਹਨਾਂ ਦੀਆਂ ਲੀਹਾਂ 'ਤੇ ਮਤਲਬ ਤਖੜੇ ਹੋ ਕੇ ਸਾਰੇ ਬੰਦਿਆਂ ਨੂੰ ਸਿੱਖ ਕੌਮ ਨੂੰ ਚੜ੍ਹਦੀ ਕਲਾ ਵੱਲ ਜਾਣਾ ਚਾਹੀਦਾ। ਹਾਂਜੀ ਸਰ, ਇੰਦਰਜੀਤ ਸਿੰਘ ਜੀ, ਮੈਂ ਇੱਕ ਜ਼ਰੂਰ ਪੁੱਛਾਂਗਾ, ਬੜੇ ਲੰਬੇ ਸਮੇਂ ਤੋਂ ਤੁਸੀਂ ਇਸ ਔਰਗੇਨਾਈਜੇਸ਼ਨ ਦੇ ਨਾਲ ਜੁੜੇ ਹੋਏ ਹੋ, ਔਰ ਮੈਂ ਸਮਝਾਂਗਾ ਕਿ ਜਿਹੜੇ ਲੋਕ ਸਿਰਫ ਔਰਗੇਨਾਈਜੇਸ਼ਨ ਦੇ ਨਾਲ ਜੁੜੇ ਵੀ ਨਹੀਂ ਹੈ ਪਰ ਸ਼ਰਧਾ ਪੂਰਵਕ ਉਹ ਇਸ ਨੂੰ ਆਪਣਾ ਇੱਕ ਹਿੱਸਾ ਹੀ ਮੰਨਦੇ ਆ, ਔਰ ਇਸ ਗੱਲ ਦੇ ਵਿੱਚ ਕੋਈ ਦੋ ਰਾਵਾਂ ਨਹੀਂ, ਪਰ ਇੱਕ ਗੱਲ ਤੁਹਾਡੇ ਕੋਲ ਜ਼ਰੂਰ ਪੁੱਛਾਂਗਾ ਕਿ ਇਸ ਔਰਗੇਨਾਈਜੇਸ਼ਨ ਦੇ ਵਿੱਚ ਆ ਕੇ ਅਹੁਦਿਆਂ, ਪ੍ਰਧਾਨਗੀ, ਇਹਦੇ ਵਾਸਤੇ ਮੈਨੂੰ ਖਿੱਚੋਤਾਣ ਜਿਹੜੀ ਹੈ ਉਹ ਨਜ਼ਰ ਨਹੀਂ ਆਈ, ਔਰ ਹਮੇਸ਼ਾ ਤੁਸੀਂ ਜੱਸੀ ਹੋਰਾਂ ਨੂੰ, ਜਸਵਿੰਦਰ ਸਿੰਘ ਜੱਸੀ ਹੋਰਾਂ ਨੂੰ ਕਹਿੰਦੇ ਵੀ ਇਹ ਪ੍ਰਧਾਨ ਨੇ, ਪਰ ਉਹ ਕਹਿੰਦੇ ਨਾ ਮੈਂ ਪ੍ਰਧਾਨ ਨਹੀਂ, ਮੈਂ ਸੇਵਾਦਾਰ ਹਾਂ, ਬਾਕੀ ਸਾਰੇ ਸਾਡੇ ਬੰਦੇ ਜਿਹੜੇ ਨੇ। ਬਿਲਕੁਲ, ਇਹਦੇ ਪਿੱਛੇ ਕੀ ਮਤਲਬ ਇਕਜੁੱਟਤਾ ਪਿੱਛੇ ਰਾਜ ਹੈ? ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਹਦੇ ਪਿੱਛੇ ਸਿਸਟਮ ਇਹ ਹੈ ਵੀ ਜੋ ਕੰਮ ਜੱਸੀ ਕਰ ਰਿਹਾ ਨਾ ਉਹ ਆਮ ਆਦਮੀ ਕਰ ਨਹੀਂ ਸਕਦਾ। ਜੱਸੀ ਨੇ ਇੱਕ ਤਾਂ ਸਾਰੀਆਂ ਜਥੇਬੰਦੀਆਂ ਨੂੰ ਆਪਣੇ ਨਾਲ ਲਾਇਆ ਹੋਇਆ, ਔਰ ਉਹਦੀ ਔਰਗਨਾਈਜੇਸ਼ਨ ਜਿੰਨੇ ਅਸੀਂ ਸਾਰੇ ਕੰਮ ਕਰ ਰਹੇ ਹਾਂ ਗੁਰਦੁਆਰਾ ਸਾਹਿਬਾਨ ਜਾਂ ਜਿੰਨੀਆਂ ਜਥੇਬੰਦੀਆਂ ਨੇ ਉਹ ਸਾਰੀਆਂ, ਇੱਕ ਤਾਂ ਇਹਨਾਂ ਕੋਲ ਸਰਪ੍ਰਸਤ ਬਹੁਤ ਵਧੀਆ ਨੇ, ਜੱਸੀ ਕੋਲ 5 ਸਰਪ੍ਰਸਤ ਨੇ ਜੀ, ਜ਼ਿਕਰ ਕਰ ਦਿਓ ਮੈਂ ਕਹਾਂ, ਆਪਣੇ ਬਾਬੂ ਜਗਿੰਦਰ ਸਿੰਘ ਜੀ, ਉਹਨਾਂ ਦੇ ਭਰਾਤਾ ਨੇ ਉਹਨਾਂ ਦਾ ਨਾਮ ਹੈ ਮਾਸਟਰ ਮਨਮੋਹਨ ਸਿੰਘ ਜੀ, ਇਹ ਸ਼ੀਸ਼ਾ ਸਿੰਘ, ਅਤੇ ਆਪਣੇ ਢਿੱਲੋਂ ਸਾਹਿਬ ਜੀ, ਢਿੱਲੋਂ ਸਾਹਿਬ ਨੇ, ਅਤੇ ਆਪਣੇ ਕੁਲਵੀਰ ਸਿੰਘ, ਕੁਲਵੀਰ ਸਿੰਘ, ਇਹ 5 ਬੰਦੇ ਸਰਪ੍ਰਸਤ ਨੇ। ਕਸ਼ਮੀਰ ਸਿੰਘ ਜੀ, ਕਸ਼ਮੀਰ ਸਿੰਘ, ਕਸ਼ਮੀਰ ਸਿੰਘ, ਇਹ ਬੰਦੇ, ਇਹ ਮੇਰੇ ਵੀਰ ਜਿਹੜੇ ਨੇ ਸਾਰਾ ਔਰਗਨਾਈਜੇਸ਼ਨ ਇਹ ਕਰਦੇ ਨੇ। ਜੱਸੀ ਜਿਹੜਾ ਆ ਉਹ ਸਾਰਾ ਕੰਮ, ਜਿੰਨੀਆਂ ਕਾਲਾਂ ਕਰਨੀਆਂ ਨੇ, ਮੈਂ ਕਹਿੰਦਾ ਉਹ ਆਦਮੀ ਨੂੰ ਸਲੂਟ ਜਾਂਦਾ, ਜੋ ਕੰਮ ਕਰ ਸਕਦਾ ਕੋਈ ਨਹੀਂ ਅਸੀਂ ਕਰ ਸਕਦੇ, ਹਾਲਾਂਕਿ ਮੈਂ ਵੀ ਚੇਅਰਮੈਨ ਹਾਂ, ਮੈਂ ਵੀ ਬਹੁਤ ਕਾਲਾਂ ਕਰਦਾ, ਪਰ ਜੋ ਉਹ ਕੰਮ ਕਰ ਰਿਹਾ ਨਾ ਉਹ ਅਸੀਂ ਨਹੀਂ ਕਰ ਸਕਦੇ। ਇਹ ਉਹਦੇ ਪਿੱਛੇ ਰਾਜ ਜਿਹੜਾ ਆ ਉਹ ਜੱਸੀ ਨੂੰ ਸਿਹਰਾ ਜਾਂਦਾ, ਬਾਕੀ ਜਿਹੜੇ ਸਾਡੇ ਸਰਪ੍ਰਸਤ ਨੇ ਦੇ ਆਰ ਵੈਲ ਸੈਟਲਡ, ਔਰ ਮਤਲਬ ਬਹੁਤ ਲੰਬੀ ਸੋਚ ਇਹਨਾਂ ਦੀ ਔਰ ਬੜੇ ਅੱਛੇ ਤਰੀਕੇ ਨਾਲ ਔਰਗਨਾਈਜੇਸ਼ਨ ਕਰਦੇ ਨੇ। ਇਹ ਸਿਹਰਾ ਇਹਨਾਂ 6 ਬੰਦਿਆਂ ਨੂੰ ਜਾਂਦਾ, ਬਾਕੀ ਅਸੀਂ ਤਾਂ ਇਹਨਾਂ ਨਾਲ ਰਲੇ ਹੋਏ ਹਾਂ ਵੀ ਜਿੰਨੀਆਂ ਵੀ ਔਰਗਨਾਈਜੇਸ਼ਨਾਂ ਨੇ ਸਹਿਯੋਗ ਕਰਦੇ ਹਾਂ, ਇਹਨਾਂ ਨੂੰ ਮੈਂ ਸਲੂਟ ਕਰਦਾ, ਬਹੁਤ ਵਧੀਆ। ਜੀ 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 ਜੀ। ਇੱਕ ਸਰਦਾਰ ਜਸਵੰਤ ਸਿੰਘ ਜੀ, ਮੈਂ ਸ਼ੀਸ਼ਾ ਜੀ ਤੁਹਾਡੇ ਕੋਲੋਂ ਜ਼ਰੂਰ ਪੁੱਛਣਾ ਚਾਹਾਂਗਾ, ਜਿਸ ਢੰਗ ਦੇ ਨਾਲ ਬੱਚਿਆਂ ਦੇ ਖਿਡੌਣੇ ਜਾਂ ਜਿਸ ਤਰ੍ਹਾਂ ਬੱਚਿਆਂ ਦੀਆਂ ਆਈਟਮਾਂ ਕੁਝ ਖਾਣ ਪੀਣ ਦੀਆਂ ਹੁੰਦੀਆਂ, ਆਈਸਕ੍ਰੀਮ ਵਗੈਰਾ, ਇਹ ਕਾਲ ਕਰਨੀ ਪੈਂਦੀ ਜਾਂ ਆਪੇ ਹੀ ਆਲਰੇਡੀ ਲੋਕ ਪਹਿਲਾਂ ਹੀ ਤੁਹਾਨੂੰ ਕਹਿ ਦਿੰਦੇ ਕਿ ਅਸੀਂ ਆਹ ਲੈ ਕੇ ਆ ਰਹੇ, ਅਸੀਂ ਆਹ ਚੀਜ਼ ਲਗਾ ਰਹੇ ਜਾਂ ਅਸੀਂ ਆਹ ਚੀਜ਼? ਰਿਆਤ ਸਾਹਿਬ, ਸਾਡੇ ਕੋਲ ਕਾਫੀ ਸਾਡੇ ਜਿਹੜੇ ਆਦਮੀ ਨੇ ਸਾਡੀ ਕਮੇਟੀ ਦੇ, ਉਹ ਫਰੀ 'ਚ ਸਾਨੂੰ ਸਾਰੀਆਂ ਇਹ ਚੀਜ਼ਾਂ ਦਿੰਦੇ ਨੇ, ਆਪਣੇ ਆਪ ਹੀ ਉਹ ਸਟਾਲ ਲਾਉਂਦੇ ਨੇ, ਐਸੀ ਕੋਈ ਗੱਲ ਨਹੀਂ ਕਿ ਸਾਡਾ ਸਾਨੂੰ ਕਿਸੇ ਨੂੰ ਕਹਿਣਾ ਪੈਂਦਾ, ਉਹ ਖੁਸ਼ੀ ਨਾਲ ਹੀ ਇਹ ਸੇਵਾ ਲੈਂਦੇ ਨੇ ਸਾਡੇ ਕੋਲੋਂ। ਔਰ ਜਿਹੜੀ ਪੰਘੂੜਿਆਂ ਦੀ ਗੱਲ ਹੈ, ਉਹਨਾਂ ਦਾ ਖਰਚਾ ਵੀ ਇਹ ਜੋ ਅਸੀਂ ਦਿੰਦੇ ਹਾਂ ਉਹ ਸਾਡੇ ਪ੍ਰਧਾਨ ਸਾਹਿਬ ਜੱਸੀ ਜੀ ਅਤੇ ਸਾਡੇ ਢਿੱਲੋਂ ਸਾਹਿਬ ਜਿਹੜੇ ਸਭ ਤੋਂ ਸਾਡੇ ਵੱਡੇ ਸਰਪ੍ਰਸਤ ਨਾਮ ਨੇ, ਜਿਵੇਂ ਵੀ ਇਹ ਕਹਿੰਦੇ ਨੇ ਅਸੀਂ ਉਸੇ ਹਿਸਾਬ ਨਾਲ ਚੱਲਦੇ ਹਾਂ। ਸਟਾਲ ਜਿਹੜੇ ਆਉਂਦੇ ਨੇ ਉਹ ਸਾਨੂੰ ਸੇਵਾ ਦੇ ਤੌਰ 'ਤੇ ਹੀ ਆ ਰਹੇ ਨੇ, ਅਤੇ ਬਾਕੀ ਉੱਥੇ ਜੋ ਵੀ ਇਹ ਸਭ ਕੁਝ ਮਿਲਦਾ ਪਿਆ ਉਹ ਸਭ ਕੁਝ ਵਧੀਆ ਹੈ, ਐਸੀ ਕੋਈ ਗੱਲ ਨਹੀਂ ਕਿ ਸਾਨੂੰ ਕਿੱਧਰੋਂ ਤਕਲੀਫ ਆਵੇ ਔਰ ਸਾਡੇ
हर आदमी की एक ड्यूटी बनती है जिथे सू कोई ड्यूटी भाजी हरबंस सिंह जिथे ला देंगे ने जस्सी साहब जी कह दें असं उत्थे दे उत्ते पूरी पूरी ड्यूटी निभाने अपनी तो शाम को असं शुक्र करने महाराज जी का बाबा प्रेम सिंह जी तुम अपना कार्य आप ही सारा करवा लिया और असं बड़े खुश होंने कि जो बरसी अजय साड़ी बरसी असं मना के हटना है तो असं अगली बरसी वास्ते सोचना भी शुरू कर दें शुरू कर दे साडे च इन्ना उत्साह रहा है कि असं अगे जी हूँ कमियां ने इन्हों अगे वास्ते सुधारीए और असी इस करके जो भी ढिलों साहब कहते हैं फिर बैठ के मीटिंग करने और असी सारा प्रोग्राम सारे का धन्यवाद करके तो असी खुशी मिले साहब एक मैं जरूर करांगा मेरे ख्याल शायद उदन तुसी उत्थे रिचमंड हिल दे प्रीस दे विच पुलिस डिपार्टमेंट दे नाल एडा वड्डा तालमेल बनाया होया कि जिहड़ी पार्किंग वगैरह की प्रॉब्लम तो मेरे ख्याल बाहरों आईयां संगतां नूं नहीं हुंदी होएगी उत्थे पार्क की प्रॉब्लम जी उस वे पार्क के आले दुआले तो जड़िया लागे छागे सड़क है ना उन्होंने घर वाले लेड़े उस दिन है ना असं उन्होंने रिक्वेस्ट भी करते हैं जिड़िया अपनी पार्क जरूरत के मुताबिक अंदर ला लें इवन रिचमेंट के जोड़ा एरिया जिथे बरसी मनाई जानी स्मोकी पार्क के आले दुआले उत्थे तकरीबन हर घर के कोल अपनी पार्क उन्होंने लाने वास्ते हैगी साढ़े को पार्क के आले दुआले तो घर उन्होंने सड़कों के चार चवेरे पार्क की कोई एड्डी वीड्डी प्रॉब्लम नहीं आती जिहड़ा तुसीं कहा भी इह जिद्दां बच्चों वास्ते आ बच्चों वास्ते स्पैशल फंक्शन आउंदे आ साडे कोल असीं इस वेल होर भी मतलब अगे छे जां सत्त हुंदियां एक नहीं वध असीं राइटां बच्चों वास्ते कीतियां तां कि जिहड़े बच्चे आ लालचना इसे लालचना कई बंदे कहिंदे वी तुसीं भगूड़े उत्थे लाउंदे गलत करदे पर मैं इह समझदा वी असीं बहुत सही काम करदे आ सही इस करके करदे आ वी बच्चे लालचना जे उत्थे भगूड़े जां राइट लैण वास्ते आउंदे आ तो नाल वो जाके दरबार साहब मत्था भी टेकते हैं थोड़ी बहुत बाणी भी सुनते हैं उन्होंने अकल आ दूसरा साढ़े अपने वालों उन्होंने पता होंगे कि साढ़े अपने दूसरा ये जड़ा मैं अज गल कह लगा ये साड़ी इस बरसी ना नहीं खाती पर मैनू यह कहना मैं 102 कम्यूनिटी के साजनेट आर्म आ मेरी कहने की ड्यूटी भी बनती है पिछले दिनों के जोड़े 2 महीने आ छे गैंगवार साड़ी जी कम्यूनिटी के हुई रिचमेंट के जिहड़ी 102 पुलिस स्टेशन आ वो बहुत इस चीज़ वास्ते बरी आ भी ये क्यों हुंदी आ उन्होंने वारों वारी जिदा मक्खण चा लबाणा उन्हां दी कमेटी नूं सद्या तो सिकल सोसायटी नूं सद्या तो सानू भी सद्या सानू पुछदे भी ये क्यों हो रहा मैं अपनी कम्यूनिटी नूं ये जरूरी बेनती करनी चाहुंदा हाँ टाइम थोड़ा रह गया भी तुसीं इस काम तों तुसीं बच्चे छोटे हो तौबा करो तुसीं इस काम तो पिछे हटो तुहाडा परिवार तुहाडे मां प्यो तुहाडियां धीआं तुहाडियां भैणां तुहाडियां घरवालियां उत्थे तुहानूं उड़ीकदियां तुसीं झगड़े करके इत्थे जेल दे विच जाओगे कुछ नहीं मिलना तुहानूं इन्हां झगड़िआं तों दूर मैं हाथ जोड़ के तुहाडी बेनती करदा वी आपणे आपणे बच्चिआं नूं जरूर समझाओ इस काम तो पिछे हटण दूसरा मैं हाथ जोड़ के बेनती भी करदा सारिया ट्राई स्टेट की संगत नूं ते सारे गुरद्वारां नूं ते सारी मैनेजमेंट कमेटियां नूं भी तुसीं 2 जून नूं संडे ऐतवार नूं असीं किसी भी चीज़ की कोई कमी नहीं रहण देनी उत्ते हर साइड तो असीं समझदे हां वी संतां दी मेहरबानी नाल संतां दी कृपा दे नाल असीं किसी भी चीज़ तों तुहानूं उत्थे निराश नहीं करांगे हर चीज तुहाडे खाण पीण दा गुरबाणी दा कथा सुण दा सारे पटियाला साहब तुसीं की बेनती करोगे अखीर दे विच मेरे कोल 2 मिंट पए ने सिर्फ उहदे विच मैं सारी ट्राई स्टेट की संगत नूं और न्यूयॉर्क की संगत नूं जिथे जिथे भी मेरे वीर सुन रहे ने उन्होंने यही बेनती करना चाहता भी होम हम आ के पहुँचो तो संत बाबा प्रेम सिंह दीआं खुशियां मानो और सहयोग दिओ और जिन्ना भी हो सके सहयोग दिओ इस कमेटी नूं वाहिगुरू जी का खालसा वाहिगुरू जी जसवंत सिंह शीशा जी तुसीं की बेनती करोगे मेरी दोबारा फिर यही बेनती है कि होम होम आके पहुँचो और अपने बच्चों नूं लैके आओ बड़े सोहने प्रबंध किए ने असीं आके देखो और खुशी लैके जाओ अपने घर बाबा जी दे बाबा प्रेम सिंह जी दीआं खुशियां लैके अपने अपने घरां परिवारां नूं जाओ तो इस करके जरूरी आना है कि क्योंकि ये नहीं सोचना कि असीं गुरुद्वारा साहब जाना है तो इधर नहीं जाना तुसीं जरूर आके एक वारी मेले दे विच वेखो कोई चीज़ की घाट नहीं है ਤੁਹਾਨੂੰ ਬਿਲਕੁਲ ਹੀ ਮਿਹਰਬਾਨੀ ਮਿਹਰਬਾਨੀ ਮੈਂ ਬਹੁਤ ਬਹੁਤ ਤਹਿ ਦਿਲੋਂ ਅੱਜ ਦੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਵਾਲੇ ਜਿੱਥੇ ਮੈਂ ਸਰਦਾਰ ਹਰਵੰਤ ਸਿੰਘ ਢਿੱਲੋਂ ਹੋਰਾਂ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹੈ ਉੱਥੇ ਮੈਂ ਬਾਬੂ ਜੋਗਿੰਦਰ ਸਿੰਘ ਹੋਰਾਂ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹੈ ਸਰਦਾਰ ਕੁਲਵੀਰ ਸਿੰਘ ਪ੍ਰੇਮਪੁਰਾ ਹੋਰਾਂ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹੈ ਸਰ ਇੰਦਰਜੀਤ ਸਿੰਘ ਪਟਿਆਲਾ ਹੋਰਾਂ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹੈ ਔਰ ਨਾਲ ਹੀ ਸਰ ਜਸਵੰਤ ਸਿੰਘ ਸ਼ੀਸ਼ਾ ਹੋਰਾਂ ਦਾ ਜਿਨ੍ਹਾਂ ਨੇ ਕੀਮਤੀ ਵਕਤ ਕੱਢ ਕੇ ਅੱਜ ਜਸ ਪੰਜਾਬੀ ਦੇ ਵਿਹੜੇ ਕਿਉਂਕਿ ਮੈਨੂੰ ਇਸ ਗੱਲ ਦਾ ਮਾਣ ਮਹਿਸੂਸ ਹੁੰਦਾ ਕਿ ਇਹ ਸਾਰੇ ਜਸ ਪੰਜਾਬੀ ਨੂੰ ਆਪਣਾ ਇੱਕ ਅਦਾਰਾ ਸਮਝਦੇ ਹੈ ਔਰ ਸਾਡੇ ਵੱਲੋਂ ਵੀ ਖੁੱਲ੍ਹੇ ਦਰਵਾਜ਼ੇ ਨੇ
ਔਰ ਤੁਹਾਡਾ ਆਪਣਾ ਘਰ ਹੈ, ਜਦੋਂ ਮਰਜ਼ੀ ਆ ਕੇ ਤੁਸੀਂ ਆਪਣੇ ਪਲੇਟਫਾਰਮ ਦੇ ਉੱਤੇ ਆਪਣੀ ਗੱਲ ਜਿਹੜੀ ਆ ਉਹ ਕਹਿ ਸਕਦੇ ਹੋ। ਸਾਨੂੰ ਵੀ ਇਸ ਗੱਲ ਦਾ ਫਖਰ ਹੈ ਸਰ ਜਸਵਿੰਦਰ ਸਿੰਘ ਜੱਸੀ ਔਰ ਉਹਨਾਂ ਦੀ ਸਮੁੱਚੀ ਟੀਮ ਜਿਹੜੀ ਆ, ਸਮੁੱਚੇ ਭੈਣ ਭਾਈ ਜਿਹੜੇ ਨੇ ਸ਼ਰਧਾ ਪੂਰਵਕ, ਔਰ ਖਾਸ ਤੌਰ ਦੇ ਉੱਤੇ ਜਿੰਨੇ ਵੀ ਇਸ ਬਰਸੀ ਦੇ ਮੌਕੇ ਦੇ ਉੱਤੇ ਸਹਿਯੋਗ ਦੇਣ ਵਾਲੇ ਨੇ, ਆਰਥਿਕ ਚਾਹੇ ਉਹ ਜਿਸਮਾਨੀ ਚਾਹੇ ਕੰਮ ਕਰਨ ਵਾਸਤੇ ਜਿਸ ਤਰ੍ਹਾਂ ਦੇ ਵੀ ਸਹਿਯੋਗ ਦੇਣ ਵਾਲੇ ਨੇ, ਮੈਂ ਉਹਨਾਂ ਦਾ ਧੰਨਵਾਦ ਕਰਾਂਗਾ। ਔਰ ਬੈਠੇ ਹੋਏ ਇਸ ਪੈਨਲ ਦੇ ਵਿੱਚ ਤਿੰਨਾਂ ਹੀ ਮੇਰੇ ਵੱਡੇ ਸਤਿਕਾਰਯੋਗ ਹਸਤੀਆਂ ਨੂੰ ਫਤਿਹ ਬੁਲਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।